हाँ जी मैच समाप्त है जी। हाफ हाफ समा हो गया इस मैच का। हाफ समय दे पानी बचाओ जी, ग्राउंड के पानी रोटे का रोटे का अगला मैच आई जी। इन्होंने टीम देखो टीम रहूगी बाई मिल गई चली गई। हाँ जी हाँ जी औलखा दे पॉइंट ने साढ़े सत्त। संत जरनैल सिंह पिंड पिंडर वाला रोडे पिंड के पॉइंट ने उन्नी पॉइंट साढ़े सत्त उन्नी पॉइंट काफी फर्क अंतर। पानी पहुंचा दी ग्राउंड के पानी एक बेनती है विधि जो जाल के उपर अपना बजट रखी बैठे क्योंकि सारी दिहाड़ी इन्हों तो असं कब लेना है। इस करके बेनती प्लीज थोड़े थोड़े पिछे हो जाओ क्योंकि जाल अगे धक्या जा रहा है। बेनती प्रवान करो। हाफ समय तो बाद ये जो मैच जल्दी करो जी जल्दी। दीपू साढ़े वीर अमरगढ़ पहुंचे साढ़े वीर का धन्यवाद कर जिन्हां दी बड़ी देन मेरे लिए क्योंकि ये जो कबड्डी कप शुरू होया पहलो अज तो चार साल पहलो उदो दीपू ने साढ़े वीर ने ते ड्यूटी लाई मेरी भी गोरी साहब भी उत्थे पहुंचना है वह भी अपने यार है वो होर थां बिजी सी पर जे क्लब वाले भीर इन्ना प्यार बनिया कि अज चौथा कबड्डी कप दी भी उन्होंने बड़े माण बख्शे ते सदके बड़ा बुला के बड़ा प्यार बख्शिया। दीपू अमरगढ़ साढ़े भीर पहुंचे धन्यवाद करते हैं। हाँ जी पानी वाला बाबा साढ़ा भीर माले कलां तो साढ़े भीर पहुंचे इस भीर का भी असं धन्यवाद करते हैं। लो खेड मैदान के कहते भी अकैडमी दिया जो टाइया ड्रा कढ दिते गए है ते केड़ी टीम ने किहदे नाल पिड़ना है ते केड़ी टीम ने किहदे नाल खेडना है ये साडे लिस्ट बना रहे साडे प्रबंधक अते कोचबान थोड़े समय दे विच थोड़े समय विच उहनां दे भी जो मैच इन्हां खेड मैदानां दे विच दिखाए जाणे है सिरे दे खिडारी पहुंचे है। लोग खेड मैदान पैंती हुई रेड मेरे वीरियो छे नंबर गेड़ के मुटियार मेरे वीरियो कणिए वाली औलखा वाली लाइद हुई तगड़ा जफा पॉइंट जाफिया के खाते पॉइंट इस मुटियार के खाते जुड़ता हुआ एक नंबर का अपनी टीम के लिए करते हुए मुटियार रौता वर्सिज रोडे जिहड़ियां टीमां दा मैच खेडा जा रहा खेड मैदान दे विच ए टीम बाई दे विच है ए कोसबान नोट कर लेना
ਰੋਟੇ ਵਰਸੀ ਚ ਰੌਂਤਾ ਆਹ ਜਿਹੜੀਆਂ ਖੇਡ ਰਹੀਆਂ ਨੇ ਜਿਹੜੀ ਜਿੱਤਣ ਵਾਲੀ ਟੀਮ ਹੈ ਉਹ ਵਾਈ ਦੇ ਵਿੱਚ ਫਾਈਨਲ ਦੇ ਵਿੱਚ ਪਹੁੰਚ ਚੁੱਕੀ ਹੈ। ਇਹ ਤਾਂ ਸਾਡੇ ਵੀਰ ਲੱਖਾ ਪੱਕੇ ਵਾਲਾ ਸਾਡੇ ਵੀਰ ਪਹੁੰਚਿਆ, ਧੰਨਵਾਦ ਕਰਦੇ ਹਾਂ। ਸਿਰੇ ਦਾ ਜਾਫੀ ਹੈ ਲੋ, ਦੂਸਰੇ ਪਾਸੇ ਆਪ ਟਿਆਰ ਲਾਉਂਦੀ ਹੋਈ ਤਕੜਾ ਜਫਾ, ਪਰ ਪੁਆਇੰਟ ਜਾਫੀਆਂ ਦੇ ਖਾਤੇ, ਪੁਆਇੰਟ ਇਸ ਮੁਟਿਆਰ ਦੇ ਖਾਤੇ ਜੁੜਦਾ ਹੋਇਆ ਇੱਕ ਨੰਬਰ ਦਾ ਵਾਧਾ ਆਪਣੀ ਟੀਮ ਲਈ ਕਰਦੀ ਹੋਈ ਮੁਟਿਆਰ। ਅਗਲੀ ਰੇਡ ਮੇਰੇ ਵੀਰੋ ਦੋ ਨੰਬਰ ਗੇੜ ਦੇ ਵਿੱਚ ਮੁਟਿਆਰ ਵਧੀ ਹੋਈ ਹਲਕੇ ਹਲਕੇ ਕਦਮਾਂ ਦੇ ਨਾਲ ਵਿਰੋਧੀਆਂ ਦੇ ਵੇਲੇ ਧਰਦੀ ਹੋਈ ਕਦਮ, ਪਰ ਦੂਸਰੇ ਪਾਸੇ ਸੰਤ ਚਰਨੈਲ ਸਿੰਘ ਜੀ ਭਿੰਡਰਾਂ ਵਾਲੇ ਪਿੰਡ ਦੀ ਇਹ ਮੁਟਿਆਰ ਲਾਉਂਦੀ ਹੋਈ ਤਕੜਾ ਜਫਾ, ਪੁਆਇੰਟ ਸ਼ਾਫੀਆਂ ਦੇ ਖਾਤੇ ਜੁੜਦਾ ਹੋਇਆ ਇੱਕ ਨੰਬਰ ਦਾ ਵਾਧਾ ਆਪਣੀ ਟੀਮ ਲਈ ਹੁੰਦਾ ਹੋਇਆ। ਲੋ ਖੇਡ ਮੈਦਾਨ ਦੇ ਵਿੱਚ ਪੈਂਦੀ ਹੋਈ ਰੇਡ 18 ਨੰਬਰ ਗੇੜ ਦੇ ਵਿੱਚ ਆਹ ਮੁਟਿਆਰ ਮੇਰੇ ਵੀਰੋ ਹਲਕੇ ਹਲਕੇ ਕਦਮਾਂ ਨਾਲ ਜਿੱਥੇ ਸਾਡੇ ਵੀਰ ਆ ਮੇਰੇ ਵੀਰੋ ਕਲੱਬ ਦੇ ਜਿੰਨੇ ਵੀ ਸਤਿਕਾਰਯੋਗ ਵੀਰ ਭਰਾਵਾਂ ਵਾਲਾ ਪਿਆਰ ਹੈ ਸਾਰੇ ਦੇ ਵਿੱਚ, ਪਰ ਦੂਸਰੇ ਪਾਸੇ ਰੋਡੇ ਪਿੰਡ ਦੀ ਸਰਬਜੀਤ ਗਗਨ ਜਫਾ ਲਾਉਣ ਦੀ ਕੋਸ਼ਿਸ਼ ਕਰਦੀ ਹੋਈ ਪੁਆਇੰਟ ਇਸ ਮੁਟਿਆਰ ਦੇ ਖਾਤੇ ਜੁੜਦਾ ਹੋਇਆ ਇੱਕ ਨੰਬਰ ਦਾ ਆਪਣੀ ਟੀਮ ਦੇ ਲਈ ਹੁੰਦਾ ਹੋਇਆ। ਅਗਲੀ ਰੇਡ ਖੇਡ ਮੈਦਾਨ ਦੇ ਵਿੱਚ ਪੋਲੇ ਪੋਲੇ ਕਦਮਾਂ ਨਾਲ ਵਾਜੀ ਵਾ ਉਧਰ ਸ਼ਮਿੰਦਰ ਢਿੱਲੋਂ ਨੇ ਐਲਾਨ ਕੀਤਾ ਹੈ ਵੀ ਜਿੰਨੇ ਵੀ ਸਰਪੰਚ ਹੈ ਢਾਣੀਆਂ ਦੇ ਮਾਣ ਦੀ ਗੱਲ ਹੈ ਕਿ 6 ਸਰਪੰਚ ਹੈ। ਵਾਜੀ ਵਾ ਕਹਿੰਦੇ ਵੀ ਸਾਰੇ ਸਰਪੰਚਾਂ ਨੇ 100-100 ਰੁਪਇਆ ਇਹਨਾਂ ਟੀਮਾਂ ਦੇ ਲਈ ਆ ਗਿਆ, 300 ਉਸ ਟੀਮ ਦੇ ਲਈ 300 ਉਸ ਟੀਮ ਦੇ ਲਈ ਪਹੁੰਚਿਆ ਹੈ। ਧੰਨਵਾਦ ਕਰਦੇ ਹਾਂ ਸ਼ਮਿੰਦਰ ਢਿੱਲੋਂ ਨੂੰ, ਬੇਨਤੀ ਹੈ ਕਿ ਗ੍ਰਹਿ ਗੁਰੂ ਕਰ ਲਾ ਹੁਣ ਇਹਨਾਂ ਆਪਾਂ ਟੀਮਾਂ ਨੂੰ ਵੀ ਦੇਣੇ ਹੈ ਕਿਉਂਕਿ ਮਾਣ ਵਾਲੀ ਗੱਲ ਹੈ। ਟੈਂਟ ਵਾਲੇ ਵੀਰਾਂ ਨੂੰ ਬੇਨਤੀ ਹੈ ਉਹਨਾਂ ਟੈਂਟ ਤਿੰਨ ਵਾਲੀ ਡਿੱਗ ਪਏ ਤੋਂ ਪਹਿਲਾਂ ਆ ਕੇ ਉਹਨੂੰ ਬਈ ਠੀਕ ਕਰਨ, ਟੈਂਟ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਉਹ ਟੈਂਟ ਸਾਂਭਣਾ ਬਣਾ ਦਾ। ਉਹ ਟੈਂਟ ਵਾਲੇ ਵੀਰਾਂ ਨੂੰ ਬੇਨਤੀ ਹੈ ਵੀਰ ਜੀ ਬਿਨਾਂ ਹਨੇਰੀ ਤੋਂ ਟੈਂਟ ਡਿੱਗੀ ਜਾਂਦਾ ਹੈ, ਉਹ ਆਪਦਾ ਦੇਖਣ ਜਾ ਕੇ ਕਈ ਵਾਰੀ ਕਿਸੇ ਦੇ ਕੋਈ ਉਹੋ ਜਿਹੀ ਗੱਲ ਨਾ ਹੋਵੇ ਸਿਰ ਸੁਰ ਚ ਨਾ ਵਜੇ, ਇਹ ਬੇਨਤੀ ਨੂੰ ਪ੍ਰਵਾਨ ਕਰੋ। ਲੋ ਖੇਡ ਮੈਦਾਨ ਵਿੱਚ ਗਗਨ ਪਿੰਡ ਰੋਡਿਆਂ ਵਾਲੀ ਹਲਕਾ ਜਿਹਾ ਕਰਦੀ ਹੋਈ ਟੱਚ, ਪੁਆਇੰਟ ਧਾਵੀ ਦੇ ਖਾਤੇ ਜੁੜਦਾ ਹੋਇਆ ਇਸ ਮੁਟਿਆਰ ਦੇ ਖਾਤੇ ਇੱਕ ਨੰਬਰ ਦਾ ਹੁੰਦਾ ਆ। ਛੀਰੇ ਵੀਰੇ ਲਿਸਟ ਫੜਾ ਦਿਓ ਮੈਨੂੰ ਜੇ ਮੈਂ ਮੈਚ ਬੋਲਦੇ ਹਾਂ, ਠੀਕ ਹੈ। ਹਾਂਜੀ ਉਹ ਲਿਸਟ ਹੀ ਮੈਂ ਕਹਿ ਰਿਹਾ ਜੀ, ਆਪਾਂ ਫਿਰ ਉਹ ਲਿਸਟ ਇੱਕ ਵਾਰੀ ਬੋਲ ਦਿੰਦੇ। ਨਹੀਂ ਜੀ ਆਈ ਨੀ ਲਿਸਟ, ਕੁੜੀਆਂ ਇੱਕ ਮੈਚ ਠੀਕ ਹੈ ਜੀ। ਸਾਡੇ ਥੋੜੇ ਸਮੇਂ ਵਿਚਕਾਰ ਸਾਡੇ ਦਰਮਿਆਨ ਸਾਡੇ ਉੱਘੇ ਸਮਾਜ ਸੇਵੀ ਪ੍ਰੀਤਮ ਸਿੰਘ ਜੀ ਕੋਟ ਪਾਈ ਉਹ ਪਹੁੰਚ ਰਹੇ ਨੇ। ਜੇਤੂ ਟੀਮ ਕਿਹੜੀ ਹੈ ਜੀ ਟੀਮਾਂ ਦੇ ਵਿੱਚੋਂ? ਇਹਨਾਂ ਚੋਂ ਜੇਤੂ ਟੀਮ ਰੋਡੇ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਪਿੰਡ ਰੋਡੇ, ਇਹ ਟੀਮ ਬਾਈ ਦੇ ਵਿੱਚ ਫਾਈਨਲ 'ਚ ਹੈ, ਇਹ ਤੁਸੀਂ ਨੋਟ ਕਰ ਲਓ। ਰੌਂਤਾ ਅਤੇ ਰੋਡਿਆਂ ਦਾ ਮੈਚ ਹੋਵੇਗਾ, ਅਕੈਡਮੀਆਂ ਦੇ ਵਿੱਚੋਂ ਪਹਿਲਾ ਮੈਚ ਜੋ ਖੇਡਿਆ ਜਾਵੇਗਾ ਨਿਊ ਦੀਪ ਕਬੱਡੀ ਅਕੈਡਮੀ ਵਰਸਿਸ ਸ਼ਹੀਦ ਭਗਤ ਸਿੰਘ, ਇਹ ਟੀਮਾਂ ਦਾ ਮੈਚ ਖੇਡਿਆ ਜਾਵੇਗਾ। ਟੀਮਾਂ ਦੇ ਕੋਚ ਸਾਹਿਬਾਨਾਂ ਨੂੰ ਬੇਨਤੀ ਹੈ ਨਿਊ ਦੀਪ ਕਬੱਡੀ ਅਕੈਡਮੀ ਸ਼੍ਰੀ ਮੁਕਤਸਰ ਸਾਹਿਬ ਅਤੇ ਸ਼ਹੀਦ ਭਗਤ ਸਿੰਘ ਕਬੱਡੀ ਅਕੈਡਮੀ ਬਰਨਾਲਾ, ਇਹਨਾਂ ਦਾ ਜੋ ਮੈਚ ਪਹਿਲਾਂ ਅਕੈਡਮੀ ਦਾ ਖੇਡਿਆ ਜਾਵੇਗਾ, ਅਤੇ ਕੋਚ ਸਾਹਿਬਾਨਾਂ ਉਹਨਾਂ ਪਲੇਅਰਾਂ ਨੂੰ ਬੇਨਤੀ ਹੈ ਕਿ ਆਪਣੇ ਪਲੇਅਰਾਂ ਨੂੰ ਵਾਰਮ ਅਪ ਰੱਖ ਲੈਣ ਕਿਉਂਕਿ ਇੱਕ ਮੈਚ ਬਾਕੀ ਹੈ ਸਾਡੇ ਕੋਲ, ਉਸ ਤੋਂ ਬਾਅਦ ਅਸੀਂ ਕੋਚ ਸਾਹਿਬਾਨਾਂ ਦੇ ਹੁਕਮ ਮੁਤਾਬਕ ਪ੍ਰਬੰਧਕਾਂ ਦੇ ਹੁਕਮ ਮੁਤਾਬਕ ਉਹ ਜੋ ਮੈਚ ਸ਼ੁਰੂ ਕਰਵਾ ਦੇਣੇ ਹੈ। ਇਹਨਾਂ ਬੇਨਤੀਆਂ ਨੂੰ ਪ੍ਰਵਾਨ ਕਰਨ ਸਾਰੇ ਕੋਚ ਸਾਹਿਬਾਨਾਂ ਨੂੰ ਬੇਨਤੀ ਹੈ। ਹਾਂਜੀ ਉਧਰ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰੀਤਮ ਸਿੰਘ ਜੀ ਕੋਟ ਪਾਈ ਉੱਘੇ ਸਮਾਜ ਸੇਵੀ ਮੇਰੇ ਵੀਰੋ, ਜਿਹੜੇ ਆਪਣੇ ਨਗਰ ਦੇ ਵਿੱਚ ਇੱਕ ਦਿਨ ਦਾ ਨਹੀਂ, ਦੋ ਦਿਨ ਦਾ ਨਹੀਂ, ਤਿੰਨ ਦਿਨ ਦਾ ਨਹੀਂ, ਘੱਟੋ ਘੱਟ 5 ਦਿਨ ਜਾਂ 7 ਦਿਨ ਦਾ ਖੇਡ ਮੇਲਾ ਕਰਵਾਉਂਦੇ ਨੇ, ਮਾਲਵੇ ਦੀਆਂ ਵਿਰਾਸਤੀ ਖੇਡਾਂ ਕਰਵਾਉਂਦੇ ਨੇ ਮੇਰੇ ਵੀਰੋ, ਜਿੱਥੇ ਕਬੱਡੀ ਕੱਪ ਦੇ ਉੱਪਰ ਨੁਕਰੇ ਘੋੜੇ ਮੋਟਰਸਾਈਕਲ ਦਿੱਤੇ ਜਾਂਦੇ ਨੇ। ਉਹ ਉੱਘੇ ਸਮਾਜ ਸੇਵੀ ਪ੍ਰੀਤਮ ਸਿੰਘ ਜੀ
कोट पाई मेरे वीरो कबड्डी नूं वड्डी देन है मेरे वीरो साडे दरमियान पहुंचे ने धन्नवाद करदे आं उन्हां सत्कारयोग शख्सियतां दे जो अपने कीमती समय चो समा कढ के साडे दरमियान पहुंचे ने साडे बहुत ही माण वाली गल है क्योंकि अज सुबह तो लैके इस खेड मेले विच वड्डियां वड्डियां शख्सियतां वड्डे वड्डे सत्कारयोग वीर पहुंच रहे ने। हां जी राजा जी, असीं समूह क्लब वालों समूह नगर पंचायत वालों ਕੋਠੇ ਢਾਣਿਆਂ ਵੱਲੋਂ ਸਰਦਾਰ ਪ੍ਰੀਤਮ ਸਿੰਘ ਕੋਟਭਾਈ ਨੂੰ ਇੱਥੇ ਪਹੁੰਚਣ ਦੇ ਜੀ ਆਇਆਂ ਕਹਿੰਦੇ ਆ ਸਾਡੇ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ ਕਿ ਆਪਦੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਡੇ ਅੱਜ ਇਸ ਦੀ ਰੌਣਕ ਵਧਾਉਣ ਟੂਰਨਾਮੈਂਟ ਲਈ ਆਏ ਬਹੁਤ ਹੀ ਜੀ ਆਇਆਂ। ਹਾਂਜੀ, ਇੱਧਰ ਸਾਡੇ ਬਹੁਤ ਹੀ ਸਤਿਕਾਰਯੋਗ ਕਿਉਂਕਿ ਸਮੂਹ ਨਗਰ ਵਾਸੀਆਂ ਦੇ ਵੱਡੇ ਸਹਿਯੋਗ ਸਦਕਾ ਜੋ ਕਬੱਡੀ ਕੱਪ ਹੋ ਰਿਹਾ ਹੈ ਉਹਨਾਂ ਦੇ ਮੂੰਹ ਭਰੇ ਸੱਦੇ ਦੇ ਉੱਪਰ ਸਾਡੇ ਬਹੁਤ ਹੀ ਗਰੀਬਾਂ ਦੇ ਮਸੀਹਾ ਕਹਿ ਦਈਏ ਜਾਂ ਮੇਰੇ ਵੀਰੋ ਕਬੱਡੀ ਨੂੰ ਵੱਡੀ ਦੇਣ ਕਹਿ ਲਈਏ ਜਾਂ ਮੇਰੇ ਵੀਰੋ ਹਮਦਰਦੀਆਂ ਦੇ ਦਰਦੀ ਕਹਿ ਲਈਏ ਜਾਂ ਮੇਰੇ ਵੀਰੋ ਕਬੱਡੀ ਦੇ ਵਿੱਚ ਵੱਡਾ ਨਾਂ ਕਹਿ ਲਈਏ। ਪ੍ਰੀਤਮ ਸਿੰਘ ਜੀ ਕੋਟ ਭਾਈ ਸੀਨੀਅਰ ਅਕਾਲੀ ਆਗੂ ਪੁੱਚੋ ਕਲਾ ਉਹਨਾਂ ਦੇ ਨਾਲ ਮਾਸਟਰ ਬਲਜਿੰਦਰ ਸਿੰਘ ਜੀ ਕੋਟ ਭਾਈ ਰਾਜਾ ਛੱਤਿਆਣੀਆਂ ਜੋ ਸਾਡੇ ਭਾਈ ਸਾਹਿਬ ਦੇ ਪੀਏ ਨੇ ਉਹ ਵੀ ਪਹੁੰਚੇ ਨੇ ਨਾਲ ਸਰਬਜੀਤ ਸਿੰਘ ਜੀ ਸ਼ਰਮਾ ਸਰਪੰਚ ਅਬਲੂ ਉਹਨਾਂ ਨਾਲ ਸਤਪਾਲ ਸਿੰਘ ਜੀ ਪੰਚ ਅਬਲੂ ਅਮਰਜੀਤ ਸਿੰਘ ਜੀ ਸਰਪੰਚ ਕੋਠੇ ਇੰਦਰ ਸਿੰਘ ਵਾਲੇ ਸੁਖਮੰਦਰ ਸਿੰਘ ਜੀ ਸਰਪੰਚ ਮਹਿਮਾ ਸਵਾਈ ਗੁਰਪਿਆਰ ਅਬਲੂ ਅਕਾਲੀ ਆਗੂ ਇਹ ਸਾਰੇ ਸਤਿਕਾਰਯੋਗ ਵੀਰ ਸਾਡੇ ਨਾਲ ਪਹੁੰਚੇ ਨੇ। ਧੰਨਵਾਦ ਕਰਦੇ ਨੇ ਸਤਿਕਾਰਯੋਗ ਸ਼ਖਸੀਅਤਾਂ ਦੇ। ਇੱਧਰੋਂ ਕਾਕਾ ਝੋਰਣ ਜੀ ਪੰਜ ਬੰਦੇ ਬਿਠਾ ਕੇ ਡੰਡ ਲਾ ਕੇ ਦਿਖਾਵੇਗਾ ਇੱਕ ਵਾਰ ਤੇ ਇਸ ਵੀਰ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ। ਠੀਕ ਹੈ, ਇੱਧਰ ਬਲਦੇਵ ਸਿੰਘ ਜੀ ਚੰਦ ਬਾਜਾ ਚੰਦ ਨਵਾਂ ਚੰਦ ਪੁਰਾਣਾ ਚਲੋ ਇੱਕ ਗੱਲ ਹੀ ਹੈ ਇਹ ਵੀ ਕਰਤੱਬ ਕਰਕੇ ਦਿਖਾਵੇਗਾ। ਰੌਂਦਾ ਤੇ ਰੋਡੇ ਦੋਨੇ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਕਿਉਂਕਿ ਗਰਾਊਂਡ ਖਾਲੀ ਹੈ। ਰੌਂਦਾ ਵਰਸਿਜ ਰੋਡੇ ਪਿੰਡ ਜੋ ਲੜਕੀਆਂ ਦਾ ਮੈਚ ਕਰਵਾਇਆ ਜਾਣਾ ਹੈ ਉਹਨਾਂ ਦੇ ਕੋਚ ਸਾਹਿਬਾਨਾਂ ਨੂੰ ਬੇਨਤੀ ਹੈ ਕਿ ਗਰਾਊਂਡ ਦੇ ਵਿੱਚ ਪਹੁੰਚਣ। ਡੰਡ ਤਾਂ ਲਾ ਲਾ ਤਾੜੀ ਵੀ ਮਰਾ ਦੇਂਗੇ। ਠੀਕ ਹੈ ਜੀ, ਸੌ ਲਾਏਗਾ। ਠੀਕ ਹੈ ਜੀ, ਆ ਜਾਓ ਗਰਾਊਂਡ ਦੇ ਵਿੱਚ। ਬੱਜ ਗੱਡੀ ਖੜਾ ਕਹਿੰਦਾ ਵੀ ਚਾਰ ਡੰਡ ਲੱਗਣ ਗਏ ਆਏ। ਤਾੜੀ ਮਾਰ ਦਿਓ ਯਾਰ, ਤਾੜੀ ਮਾਰ ਦਿਓ। ਬਹੁਤ ਵੱਡਾ ਕਰਤੱਵ ਹੈ ਮੇਰੇ ਵੀਰੋ ਆਪਣੇ ਸਰੀਰ ਨੂੰ ਪੂਰਾ ਬੈਲੈਂਸ ਕਰਨਾ, ਇਹ ਵੀ ਇੱਕ ਬਹੁਤ ਵੱਡਾ ਕਰਤੱਵ ਹੈ। ਹੁਣ ਤੂੰ ਕਰਤੱਵ ਵਾਲਾ ਫੀਤੇ ਚਾਹੀਂਗਾ, ਉਹ ਤਾੜੀ ਮਰਾ ਦੇਂਗੇ ਭਰਾ ਉਹਨਾਂ ਗਰਾਊਂਡ ਮਿਲਣਾ ਉਹਦਾ ਬੈਲੈਂਸ ਅੰਕਲ ਜੀ ਖਰਾਬ ਕਰਦਾ। ਉਧਰਲੇ ਪਾਸੇ ਹੋ ਜਾ ਹੁਣ ਫਿਰ ਇੱਧਰ ਆ ਜੀ। ਹਾਂਜੀ ਹਾਂਜੀ, ਰੌਂਤਾ ਵਰਸਿਜ ਰੋਡੇ, ਰੌਂਤਾ ਵਰਸਿਜ ਰੋਡੇ ਦੋਨੇ ਟੀਮਾਂ ਖੇਡ ਮੈਦਾਨ ਦੇ ਵਿੱਚ ਜਲਦ ਜਲਦ ਪਹੁੰਚ ਜਾਣ। ਰੌਂਤਾ ਵਰਸਿਜ ਰੋਡੇ, ਬਾਈ ਗੋਰੀ ਬੋਲ ਦਿੰਦਾ ਆਹ ਨੌਜਵਾਨ ਚੰਦ ਨਵੇਂ ਤੋਂ ਪਹੁੰਚਿਆ ਸਾਡਾ ਵੀਰ ਜੋ ਲੱਤ ਤੋਂ ਅਪਾਸ ਹੈ, ਪੋਲੀਏ ਦਾ ਸ਼ਿਕਾਰ ਹੈ। ਕਬੱਡੀ ਦੇ ਇਹਨਾਂ ਗਰਾਊਂਡਾਂ ਦੇ ਵਿੱਚੋਂ ਕਹਿੰਦੇ ਵੀ ਅਸੀਂ ਘਰ ਦਾ ਜੋ ਚੁੱਲ੍ਹਾ ਚੱਲਦਾ ਰੋਟੀ ਚੱਲਦੀ ਹੈ, ਕਬੱਡੀ ਦੀ ਵੱਡੀ ਦੇਣ ਹੈ। ਬੈਲੈਂਸ ਕਰਕੇ ਦਿਖਾਇਆ, ਚਾਰ ਪੰਜ ਡੰਡ ਵੀ ਮਾਰ ਕੇ ਦਿਖਾਏ ਹੈ। ਇਸ ਵੀਰ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ। ਇੱਧਰੋਂ ਸਾਡੇ ਵੀਰ ਝੋਰਨ ਪਿੰਡ ਤੋਂ ਪਹੁੰਚਿਆ ਸਾਡੇ ਵੀਰ ਗੋਰਾ, ਇਹ ਵੀ ਇੱਕ ਬਾਂਹ ਤੇ ਡੰਡ ਲਾ ਰਿਹਾ, ਇੱਕ ਬੰਦੇ ਨੂੰ ਉੱਪਰ ਬਿਠਾ ਕੇ ਫਿਰ ਦੋ ਬਾਂਹਾਂ ਤੇ ਡੰਡ ਲਾ ਕੇ ਦਿਖਾਵੇਗਾ, ਪੰਜ ਬੰਦੇ ਉੱਪਰ ਬਿਠਾ ਕੇ। ਰਣਜੀਤ ਸਿੰਘ ਢਿੱਲੋਂ ਵੱਲੋਂ ਆ ਜਿਹੜਾ ਵੀਰ ਨੇ ਹੁਣੇ ਇੰਡੀਕੇਟਰ ਨੇ ਡੰਡ ਮਾਰ ਕੇ ਖਾਏ ਆ, 200 ਰੁਪਏ ਸਪੈਸ਼ਲ ਨਾਮ ਇਹਨਾਂ ਨੇ ਉਹਨਾਂ ਨੇ ਕਿਹਾ ਜੀ ਆ ਕੇ ਉਹਦਾ ਲੈ ਲੈ। ਹਾਂਜੀ, ਉਧਰ ਪਹਿਲਾ ਜੋ ਕਬੱਡੀ ਅਕੈਡਮੀ ਦੇ ਜੋ ਮੈਚ ਪਹਿਲਾ ਮੈਚ ਜੋ ਖੇਡਿਆ ਜਾਣਾ ਹੈ, ਸ਼ਹੀਦ ਭਗਤ ਸਿੰਘ ਕਬੱਡੀ ਅਕੈਡਮੀ ਬਰਨਾਲਾ ਤੇ ਨਿਊ ਦੀਪ ਕਬੱਡੀ ਅਕੈਡਮੀ ਇਹ ਸ਼੍ਰੀ ਮੁਕਤਸਰ ਸਾਹਿਬ ਇਹਨਾਂ ਦਾ ਮੈਚ ਪਹਿਲੋ ਖੇਡਿਆ ਜਾਵੇਗਾ। ਪਹਿਲਾ ਮੈਚ ਹੋ ਗਿਆ ਕਿਉਂਕਿ ਇੱਕ ਮੈਚ ਲੜਕੀਆਂ ਦਾ ਵਿਚਾਲੇ ਹੈ, ਉਸ ਤੋਂ ਬਾਅਦ ਉਹ ਅਕੈਡਮੀਆਂ ਦੇ ਜੋ ਮੈਚ ਸ਼ੁਰੂ ਕਰਵਾ ਦਿੱਤੇ ਜਾਣੇ ਹੈ, ਜੋ ਟਾਈਆਂ ਡਰਾ ਉਹਨਾਂ ਦੇ ਕੱਢ ਦਿੱਤੇ ਗਏ ਹੈ ਤੇ ਉਹਨਾਂ ਦੇ ਕੋਚ ਸਾਹਿਬਾਨਾਂ ਨੂੰ ਬੇਨਤੀ ਕਿ ਆਪਣੀਆਂ ਟੀਮਾਂ ਉਹ ਵਾਰਮ ਅਪ ਰੱਖਣ, ਤਿਆਰ ਰੱਖਣ। ਰੌਂਤਾ ਵਰਸਿਜ ਰੋਡੇ, ਰੌਂਤਾ ਵਰਸਿਜ ਰੋਡੇ ਦੀਆਂ ਟੀਮਾਂ ਨੂੰ ਬੇਨਤੀ ਹੈ ਖੇਡ ਮੈਦਾਨ ਦੇ ਵਿੱਚ ਜਲਦ ਜਲਦ ਪਹੁੰਚਣ। ਰੌਂਤਾ ਰੋਡੇ ਪਿੰਡ ਦੀਆਂ ਟੀਮਾਂ ਖੇਡ ਮੈਦਾਨ ਦੇ ਵਿੱਚ ਪਹੁੰਚਣ। ਉਧਰ ਇੱਕ ਵਾਰ ਫਿਰ ਸਮੂਹ ਟੂਰਨਾਮੈਂਟ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਨਿਵਾਸੀ ਸਮੂਹ ਗ੍ਰਾਮ ਪੰਚਾਇਤਾਂ ਵੱਲੋਂ ਅਤੇ ਕਲੱਬ ਦੇ ਅਹੁਦੇਦਾਰਾਂ ਵੱਲੋਂ ਸਾਡੇ ਮਾਣਯੋਗ ਗਰੀਬਾਂ ਦੇ ਮਸੀਹਾ
ਕਬੱਡੀ ਨੂੰ ਵੱਡੀ ਦੇਰ ਜਿਨ੍ਹਾਂ ਨੇ ਮੇਰੇ ਵੀਰੋ ਕੋਟ ਭਾਈ ਦੇ ਵਿੱਚ ਖੇਡ ਮੇਲਾ ਬਹੁਤ ਵੱਡਾ ਕਰਵਾਉਂਦੇ ਨੇ, ਬਹੁਤ ਵਿਸ਼ਾਲ ਕਹਿੰਦੇ ਵੀ ਮਾਲਵੇ ਦਾ ਬਹੁਤ ਵੱਡਾ ਖੇਡ ਮੇਲਾ ਹੁੰਦਾ ਜਿੱਥੇ ਹਰ ਇੱਕ ਪੁਰਾਤਨ ਗੇਮਾਂ ਪੁਰਾਤਨ ਖੇਡਾਂ ਕਰਵਾਈਆਂ ਜਾਂਦੀਆਂ ਨੇ। ਮੇਰੇ ਵੀਰੋ ਵੱਡੀ ਦੇਰ ਹੈ ਸਾਡੇ ਮਾਣਯੋਗ ਸਰਦਾਰ ਪ੍ਰੀਤਮ ਸਿੰਘ ਜੀ ਕੋਟ ਭਾਈ ਸੀਨੀਅਰ ਅਕਾਲੀ ਆਗੂ ਪੁੱਛੋ ਕਲਾ ਉਚੇਚੇ ਤੌਰ ਤੇ ਤਸ਼ਰੀਫ ਫਰਮਾਨ ਅੱਜ ਇਸ ਟੂਰਨਾਮੈਂਟ ਦੀ ਚਾਹ ਰੌਣਕ ਨੂੰ ਵਧਾਉਣ ਵਾਸਤੇ ਪਹੁੰਚੇ ਨੇ, ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਨਾਲ ਮਾਸਟਰ ਬਲਜਿੰਦਰ ਸਿੰਘ ਜੀ ਕੋਟ ਭਾਈ ਰਾਜਾ ਛੱਤਿਆਣੀਆਂ ਜੋ ਪੀਏ ਨੇ ਉਸ ਦੇ ਨਾਲ ਸਰਬਜੀਤ ਸ਼ਰਮਾ, ਸਰਪੰਚ ਅਬਲੂ, ਸਤਪਾਲ ਸਿੰਘ ਸਰਪੰਚ ਕੋਠੇ, ਕੇਂਦਰ ਸਿੰਘ ਵਾਲੇ, ਸੁਖਮੰਦਰ ਸਿੰਘ ਸਰਪੰਚ ਮਹਿਮਾ ਸਵਾਈ ਤੇ ਗੁਰਪਿਆਰ ਅਬਲੂ ਅਕਾਲੀ ਆਗੂ, ਇਹ ਸਤਿਕਾਰਯੋਗ ਸ਼ਖਸੀਅਤਾਂ ਪਹੁੰਚੀਆਂ, ਧੰਨਵਾਦ ਕਰਦੇ ਹਾਂ ਇਹਨਾਂ ਦਾ। ਹਾਂਜੀ ਰੋਟੇ ਤੇ ਰੌਂਤਾ ਦੋਨੇ ਟੀਮਾਂ ਖੇਡ ਮੈਦਾਨ ਦੇ ਵਿੱਚ ਪਹੁੰਚੋ, ਰੋਡੇ ਵਰਸੀ ਜੋ ਰੌਂਤਾ। ਹਾਂਜੀ ਬੰਦੇ ਬੈਠੋ ਜੀ ਉੱਤੇ, ਪੰਜ ਬੰਦੇ ਬਿਠਾ ਕੇ ਇਸ ਨੌਜਵਾਨ ਨੇ ਡੰਡ ਮਾਰਨੀ ਹੈ, ਹਜੇ ਦੋ ਬੈਠੇ ਆ, ਤਿੰਨ ਬੰਦੇ ਹੋਰ ਪਹੁੰਚੋ। ਹੈਲੋ, ਅਸੀਂ ਟੂਰਨਾਮੈਂਟ ਕਮੇਟੀ ਵੱਲੋਂ ਚੇਤੇ ਤੌਰ ਤੇ ਸਰਦਾਰ ਹਰਮਿੰਦਰ ਸਿੰਘ ਜੀ ਢਿੱਲੋਂ, ਮੈਨੇਜਰ ਪੰਜਾਬ ਸਕੂਲ ਸਿੱਖਿਆ ਬੋਰਡ ਜੀ ਦਾ ਵੀ ਇੱਥੇ ਆਉਣ ਤੇ ਚੇਤੇ ਤੌਰ ਤੇ ਜੀ ਆਇਆਂ ਖੜੇ ਆ, ਉਹਨਾਂ ਦੇ ਆਉਣ ਤੇ ਧੰਨਵਾਦ। ਰੌਂਤਾ ਵਰਸੀ ਜੋ ਰੋਡੇ, ਵੀਰ ਜੀ ਖਿਡਾਰੀਆਂ ਨੂੰ ਬੇਨਤੀ ਹੈ ਕਿ ਗਰਾਊਂਡ ਖਾਲੀ ਪਿਆ ਤੇ ਟੀਮਾਂ ਕਿਉਂ ਨਹੀਂ ਪਹੁੰਚ ਰਹੀਆਂ? ਬਾਈ ਮੀਤੇ ਨੂੰ ਬੇਨਤੀ ਹੈ, ਬਾਈ ਸੋਨੀ ਨੂੰ ਬੇਨਤੀ ਹੈ ਕਿ ਆਪਣੀਆਂ ਟੀਮਾਂ ਲੈ ਕੇ ਖੇਡ ਮੈਦਾਨ ਦੇ ਵਿੱਚ ਜਲਦ ਜਲਦ ਪਹੁੰਚਣ। ਵੀਰ ਜੀ ਗਰਾਊਂਡ ਕਾਫੀ ਸਮੇਂ ਤੋਂ ਖਾਲੀ ਹੈ, ਇਸ ਕਰਕੇ ਸਮੇਂ ਦੀ ਨਜਾਕਤ ਨੂੰ ਸਮਝਦੇ ਹੋਏ ਟੀਮਾਂ ਖੇਡ ਮੈਦਾਨ ਦੇ ਵਿੱਚ ਪਹੁੰਚਣ। ਰੌਂਤਾ ਵਰਸੀ ਜੀ ਰੋਡੇ, ਇਹ ਟੀਮਾਂ ਖੇਡ ਮੈਦਾਨ ਦੇ ਵਿੱਚ ਜਲਦ ਜਲਦ ਪਹੁੰਚਣ। ਪਹਿਲਾ ਸੈਮੀਫਾਈਨਲ ਮੈਚ ਇਹਨਾਂ ਟੀਮਾਂ ਦੇ ਦਰਮਿਆਨ ਜੋ ਖੇਡਿਆ ਜਾਵੇਗਾ। ਹੈਲੋ, ਅਸੀਂ ਇੱਥੇ ਟੂਰਨਾਮੈਂਟ ਕਮੇਟੀ ਵੱਲੋਂ ਦੀਪੂ ਅਮਨਗੜ੍ਹ ਕਮੈਂਟੇਟਰ ਜਿਹੜੇ ਲੰਮੇ ਸਮੇਂ ਤੋਂ ਸਾਡੇ ਟੂਰਨਾਮੈਂਟ ਦੇ ਵਿੱਚ ਆ ਕੇ ਕਮੈਂਟਰੀ ਕਰਦੇ ਰਹੇ, ਉਹਨਾਂ ਦਾ ਵੀ ਜੀ ਆਇਆਂ ਕਹਿੰਦੇ ਆ। ਨਾਲ ਹੀ ਸਾਡੀ ਬੇਨਤੀ ਇਕਬਾਲ ਸਿੰਘ ਸੈਕਟਰੀ, ਉਹਨਾਂ ਦੇ ਨਾਲ ਮੈਂ ਗੁਆਂਢੀ ਆ ਬੂਟਾ ਸਿੰਘ ਜੀ, ਉਹਨਾਂ ਨੂੰ ਬੇਨਤੀ ਆ ਕਿ ਸਟੇਜ 'ਤੇ ਆ ਕੇ ਬਿਰਾਜਮਾਨ ਹੋਣ। ਟੂਰਨਾਮੈਂਟ ਕਮੇਟੀ ਵੱਲੋਂ ਦੁਬਾਰਾ ਫਿਰ ਬੇਨਤੀ ਕੀਤੀ ਜਾਂਦੀ ਹੈ ਕਿ ਆ ਕੇ ਸਟੇਜ ਦੀ ਸ਼ੋਭਾ ਵਧਾਉਣ, ਇਕਬਾਲ ਸਿੰਘ ਸੈਕਟਰੀ ਅਤੇ ਬੂਟਾ ਸਿੰਘ ਉਹਨਾਂ ਦੇ ਗੁਆਂਢੀ। ਇੱਕ ਮਿੰਨੀ ਸਰਪੰਚ ਕੇਦੀ ਨੂੰ ਬੇਨਤੀ ਹੈ ਕਿ ਗੱਡੀ ਕੋਲੇ ਪਹੁੰਚ ਜਾਓ, ਕਿਉਂਕਿ ਗੱਡੀ ਚਾਬੀ ਦੀ ਲੋੜ ਹੈ। ਰੌਂਤਾ ਵਰਸੀ ਜੇ ਰੋਡੇ, ਇਹ ਟੀਮਾਂ ਨੂੰ ਬੇਨਤੀ ਹੈ ਵੀਰ ਜੀ ਪਿਆਰ ਸਤਿਕਾਰ ਇਜ਼ਹਾਰ ਇਕਰਾਰ ਨਾਲ ਕਿ ਖੇਡ ਮੈਦਾਨ ਦੇ ਵਿੱਚ ਟੀਮਾਂ ਜਲਦ ਜਲਦ ਪਹੁੰਚਣ, ਕਿਉਂਕਿ ਮੈਚ ਬਹੁਤ ਵਧੀਆ ਹੋਣਾ ਹੈ। ਗੁੱਡੀਆਂ ਦੇ ਸਿੰਘ ਫਸੜੇ ਹੈ ਤੇ ਨਿੱਤਰਨਾ ਬੜੇ ਬੇ ਖਾਰੀਆਂ ਨੇ ਹੈ, ਕਿਉਂਕਿ ਇੱਕ ਪਾਸੇ ਰੋਡੇ ਪਿੰਡ ਜ਼ਿਲ੍ਹਾ ਮੋਗੇ ਦੀ ਟੀਮ ਹੋਵੇਗੀ ਤੇ ਦੂਸਰੇ ਪਾਸੇ ਵੀ ਟੀਮ ਮੇਰੇ ਵੀਰੇ ਰੌਂਤਾ ਪਿੰਡ ਮੋਗੇ ਦਾ ਜੋ ਮਸ਼ਹੂਰ ਨਗਰ ਹੈ ਉਹ ਮੈਚ ਹੋਵੇਗਾ। ਹਾਂਜੀ ਓਕੇ, ਵਾਹ ਜੀ ਵਾਹ, ਤਾੜੀ ਮਾਰ ਦਿਓ ਇੱਧਰ ਗੱਡੀ, ਤੂੰ ਆਣਾ ਮਾਰ ਜੇ, ਵਾਹ ਮਾਰਿਆ ਪੋਤਾ। ਪੰਜਾਬੀ ਜਿੱਥੇ ਵੀ ਜਾਂਦੇ ਆ ਮੈਨੂੰ ਪੁੱਠੇ ਪੰਗੇ ਲੈਂਦੇ ਆ। ਆ ਗਰਾਊਂਡ ਦੇ ਵਿੱਚ ਕਲੀ ਵਾਲੇ ਨੂੰ ਬੇਨਤੀ ਆ, ਨਵਾਂ ਦਾਇਰਾ ਬਣਾਇਆ ਉੱਥੇ ਜਾ ਕੇ ਕਲੀ ਪਾਉਣ ਦੀ ਸੇਵਾ ਆਪਣੀ ਨਿਭਾਉਣ, ਜਿੰਨਾ ਹੀ ਡਿਊਟੀ ਕਲੀ 'ਤੇ ਆ। ਠੀਕ ਹੈ, ਸੁਰਿੰਦਰ ਆਸਾ ਬੁੱਟਰ ਨੂੰ ਬੇਨਤੀ ਆ ਵੀ ਉਹ ਵੀ ਪਹੁੰਚਣ ਗਰਾਊਂਡ ਦੇ ਵਿੱਚ। ਹਾਂਜੀ, ਜਿਹੜੇ ਵੀਰਾਂ ਦੀ ਡਿਊਟੀ ਆ ਕਲੀ 'ਤੇ ਕਬੱਡੀ ਖਿਡਾਰੀ ਐਮ ਪੀ ਅਤੇ ਹੋਰ ਜੋ ਵੀਰਾਂ ਦੀ ਡਿਊਟੀ ਲਾਈ ਗਈ ਹੈ ਉਹ ਵੀਰ ਗਰਾਊਂਡ ਦੇ ਵਿੱਚ ਕਲੀ ਜ਼ਰੂਰ ਪਾਉਣ। ਇੱਕ ਇਹ ਕਲੀ ਦਰਸ਼ਕ ਵੀਰੋ ਜੋ ਗਰਾਊਂਡ ਦੇ ਵਿੱਚ ਪਾਈ ਜਾਂਦੀ ਹੈ, ਇੱਕ ਕਲੀ ਉਹ ਕਈਆਂ ਦੇ ਗੀਚਾਂ ਦੇ ਵਿੱਚ ਹੈ, ਇੱਕ ਕਲੀ ਜਿਹੜੀ ਕੁਲਦੀਪ ਮਾਣਕ ਨੇ ਗਾਈ ਕਿ ਮਾਣਕ ਦੀਆਂ ਕਲੀਆਂ ਤੇ ਪਿੰਡ ਦੀਆਂ ਗਲੀਆਂ ਲੋਕੀ ਲੱਭਦੇ ਫਿਰਨਗੇ, ਚਮਕੀਲੇ ਦੇ ਦੁਕਾਨੇ ਤੇ ਹੰਸਰਾਜ ਦੇ ਬਾਣੇ ਲੋਕੀ ਲੱਭਦੇ ਫਿਰਨਗੇ, ਪੁਲਿਸ ਦੀ ਵਰਦੀ ਤੇ ਬਰੇਸ਼ਪੁਰੀ ਦੀ ਗੁੰਡਾ ਗਰਦੀ ਲੋਕੀ ਲੱਭਦੇ ਫਿਰਨਗੇ, ਲੋਕੀ ਲੱਭਦੇ ਫਿਰਨਗੇ। ਇਹ ਭੁੱਲ ਜਾਂਦਾ ਨੇ ਮੇਰੇ ਵੀਰੋ ਇਹਨਾਂ ਖੇਡ ਮੈਦਾਨਾਂ ਵਿੱਚ, ਕਈ ਵਾਰੀ ਗੱਲ ਤੇ ਗੱਲ ਬਣ ਜਾਂਦੀ ਹੈ। ਠੀਕ ਹੈ ਜੀ, ਸਾਡੇ ਵੀਰ ਝੋਰਲ ਪਿੰਡ ਵਾਲਾ ਜਿਸ ਨੇ ਕਹਿੰਦੇ ਵੀ ਡੰਡ ਲਾ ਕੇ ਦਿਖਾਏ ਤੇ ਇਹ ਦਰਸ਼ਕਾਂ ਦੀ ਕਚਹਿਰੀ ਦੇ ਵਿੱਚ ਗੇੜਾ ਲਾਵੇਗਾ, ਕਿਉਂਕਿ ਇਸਦੀ ਜੋ ਬੇਟੀ ਹੈ ਉਸਨੂੰ ਬਲੱਡ ਕੈਂਸਰ ਹੈ, ਹਰ ਮਹੀਨੇ ਕਾਫੀ ਖਰਚ ਹੋ ਜਾਂਦਾ ਹੈ ਤੇ ਇਹਨਾਂ ਦਰਸ਼ਕਾਂ ਦੇ ਵਿੱਚੋਂ ਵੀ ਪੈਸਾ ਇਕੱਠਾ ਕਰਕੇ ਉਸਦੇ ਇਲਾਜ ਦੇ ਲਈ ਲਾਇਆ ਜਾਂਦਾ ਹੈ। ਧੰਨਵਾਦ ਕਰਦੇ ਹਾਂ। ਮੈਚ ਹੋਵੇਗਾ ਦਰਸ਼ਕ ਵੀਰੋ ਸਾਹ ਰੋਕ ਕੇ ਦੇਖਣ ਵਾਲਾ ਮੈਚ, ਇੱਕ ਪਾਸੇ ਰੋਡੇ ਪਿੰਡ ਤੇ ਦੂਸਰੇ ਪਾਸੇ ਰੌਂਦੇ ਪਿੰਡ ਦੀ ਟੀਮਾਂ ਦਰਮਿਆਨ ਮੈਚ ਹੋਵੇਗਾ ਤੇ ਮੈਚ ਤੇ ਆਵੇਗਾ ਸਾਡਾ
ਵੱਡਾ ਵੀਰ ਕਹਿ ਲਈਏ ਜਾਂ ਇਸ ਇਲਾਕੇ ਦਾ ਮਾਣ ਕਹਿ ਲਈਏ ਜਾਂ ਕਹਿ ਲਈਏ ਵੀ ਕੈਨੇਡਾ ਦੇ ਵਿੱਚ ਬੱਲੇ ਬੱਲੇ ਕਰਵਾਈ ਉਹਨਾਂ ਕਾਲੇ ਗਰਾਊਂਡਾਂ ਦੇ ਉੱਪਰ ਮੇਰੇ ਵੀਰੋ ਸਟੇਡੀਅਮ ਦੇ ਵਿੱਚ ਜਸਵਿੰਦਰ ਆਸਾ ਪੁੱਟਰ ਬਹੁਤ ਮਾਣ ਵਾਲੀ ਗੱਲ ਉੱਤੇ ਨਾਲ ਦੀਪੂ ਅਮਰਗੜ੍ਹ ਵੀ ਪਹੁੰਚਿਆ ਇਹ ਵੀ ਵੀਰ ਦਾ ਵੀ ਧੰਨਵਾਦ ਕਰਦੇ ਹਾਂ ਲੱਖੀ ਲਹਿਰੇ ਵਾਲਾ ਵੀ ਸਾਡਾ ਵੀਰ ਪਹੁੰਚਿਆ ਇਹਨਾਂ ਵੀਰਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਆਸਾ ਪੁੱਟਰ ਵਾਲਿਆ ਆ ਜਾ ਵੀਰ ਜੀ ਗਰਾਊਂਡ ਦੇ ਵਿੱਚ ਤੇ ਤੂੰ ਵੀ ਆਪਣੀ ਜੋ ਹਾਜ਼ਰੀ ਦਰਸ਼ਕਾਂ ਨਾਲ ਸਾਂਝੀ ਕਰ ਤੇ ਆਪਣੇ ਬੋਲ ਆਪਣੇ ਸ਼ਬਦ ਆਪਣੇ ਅਲਫਾਜ਼ ਦਰਸ਼ਕਾਂ ਨਾਲ ਸਾਂਝੇ ਕਰ ਆਸਾ ਪੁੱਟਰ ਧਰਤੀ ਦਾ ਜਸਵਿੰਦਰ ਵਾਹਿਗੁਰੂ ਬਹੁਤ ਹੀ ਸਤਿਕਾਰ ਦੇ ਯੋਗ ਮੇਰੇ ਪਿਤਾ ਸਨਮਾਨ ਬਜ਼ੁਰਗ ਨੌਜਵਾਨ ਵੀਰ ਦੇ ਬੱਚੇ ਸਾਰਿਆਂ ਨੂੰ ਤੁਹਾਡੇ ਆਪਣੇ ਛੋਟੇ ਵੀਰ ਜਸਵਿੰਦਰ ਆਸਾ ਪੁੱਟਰ ਦੇ ਵੱਲੋਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਚੌਥਾ ਕਬੱਡੀ ਦਾ ਕੱਪ ਪਿੰਡ ਕੋਟਲੀ ਅਬਲੂ ਡਿਸਟ੍ਰਿਕਟ ਮੁਕਤਸਰ ਸਾਹਿਬ ਦੇ ਇਹਨਾਂ ਮੈਦਾਨਾਂ ਦੇ ਵਿੱਚ ਸੰਤ ਮਹੇਸ਼ ਮੁਨੀ ਜੀ ਬੋਰੇ ਵਾਲੇ ਸਪੋਰਟਸ ਐਂਡ ਵੈਲਫੇਅਰ ਕਲੱਬ ਗ੍ਰਾਮ ਪੰਚਾਇਤ ਸਮੂਹ ਨਗਰ ਨਿਵਾਸੀ ਅਤੇ ਕੋਠੇ ਢਾਣੀਆਂ ਪਿੰਡ ਕੋਟਲੀ ਅਬਲੂ ਦੇ ਸੋ ਕਹਿ ਲਈਏ ਕਿ 15 ਕੁ ਪਿੰਡਾਂ ਦੀ ਗੱਲਬਾਤ ਹੋਵੇਗੀ ਭਾਵੇਂ ਕੋਠੇ ਭਾਵੇਂ ਢਾਣੀਆਂ ਦੀਆਂ ਗੱਲਾਂ ਹੋਣ ਸੋ ਉਹਨਾਂ ਸਾਰਿਆਂ ਦੇ ਸੰਯੋਗ ਦੇ ਨਾਲ ਸਾਡੇ ਹਲਕੇ ਦੇ ਇੰਚਾਰਜ ਹਰਦੀਪ ਸਿੰਘ ਜੀ ਡਿੰਪੀ ਢਿੱਲੋਂ ਜਿਹੜੇ ਚੇਅਰਮੈਨ ਨੇ ਜ਼ਿਲ੍ਹਾ ਪਲੈਨਿੰਗ ਬੋਰਡ ਸ੍ਰੀ ਮੁਕਤਸਰ ਸਾਹਿਬ ਦੇ ਉਹਨਾਂ ਦੇ ਯਤਨਾਂ ਦੇ ਮਾਨ ਤੇ ਸਤਿਕਾਰ ਦੇ ਯੁੱਗ ਸ਼੍ਰੋਮਣੀ ਅਕਾਲੀ ਦਲ ਦੇ ਆਲ ਵਰਕਰਸ ਜਿਨ੍ਹਾਂ ਨੇ ਵੱਡਾ ਸਹਿਯੋਗ ਦਿੱਤਾ ਔਰ ਮਾਨ ਤੇ ਸਤਿਕਾਰ ਦੇ ਯੁੱਗ ਸਾਡੇ ਲਈ ਇਸ ਖੇਡਾਂ ਦੇ ਵਿੱਚ ਵੱਡਾ ਨਾਮ ਨਾ ਕੱਢਿਆ ਪ੍ਰੀਤਮ ਸਿੰਘ ਜੀ ਕੋਟ ਭਾਈ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਨੇ ਸਾਰਿਆਂ ਦਾ ਅਸੀਂ ਹਾਰਦਿਕ ਧੰਨਵਾਦ ਕਰਦੇ ਹਾਂ ਸਨੀ ਢਿੱਲੋਂ ਜੀ ਜਿਹੜੇ ਧਰਮ ਬੋਰਡ ਦੇ ਪ੍ਰਧਾਨ ਨੇ ਗਿੱਦੜਵਾਹ ਦੇ ਸੋ ਸਾਰਿਆਂ ਦਾ ਧੰਨਵਾਦ ਹੈ ਬੇਨਤੀ ਕੀਤੀ ਅਸੀਂ ਦਰਸ਼ਕ ਵੀਰਾਂ ਨੂੰ ਜਿਹੜੇ ਮੁੰਡੇ ਨੇ ਡੰਡ ਮਾਰੇ ਸੀ ਉਹ ਮਾਨ ਸਨਮਾਨ ਲੈਣ ਲਈ ਦਰਸ਼ਕ ਚਾਹ ਰਿਹਾ ਵੱਧ ਤੋਂ ਵੱਧ ਲੋਕ ਦਾ ਮਾਨ ਸਨਮਾਨ ਕੀਤਾ ਜਾਵੇ ਸੋ ਧੰਨਵਾਦ ਕਰਾਂਗਾ ਸਤਿਕਾਰ ਦੇ ਯੋਗ ਅੰਕਲ ਜੀ ਪ੍ਰੀਤਮ ਸਿੰਘ ਜੀ ਕੋਟ ਭਾਈ ਸੋ ਜਿੱਥੇ ਦਰਸ਼ਨ ਸਿੰਘ ਜੀ ਸਰਕਲ ਪ੍ਰਧਾਨ ਨੇ ਗਿੱਦੜਵਾਹ ਦੇ ਸ਼੍ਰੋਮਣੀ ਅਕਾਲੀ ਦਲ ਦੇ ਉੱਥੇ ਮਨਪ੍ਰੀਤ ਸਿੰਘ ਜੀ ਹੈਪੀ ਮੈਂਬਰ ਨੇ ਜ਼ਿਲ੍ਹਾ ਪ੍ਰੀਸ਼ਦ ਦੇ ਲਖਵਿੰਦਰ ਸਿੰਘ ਸਰਪੰਚ ਗੁਰਦੀਪ ਸਿੰਘ ਸਰਪੰਚ ਸੁਖਜੀਤ ਸਿੰਘ ਸਰਪੰਚ ਗੁਰਦਾਸ ਸਿੰਘ ਸਰਪੰਚ ਜਸਕਰਨ ਸਿੰਘ ਸਰਪੰਚ ਬੱਬਾ ਕਲੱਬ ਦੇ ਜਿੱਥੇ ਪ੍ਰਧਾਨ ਨੇ ਟਫੀ ਬਰਾੜ ਉੱਥੇ ਰਾਮਾਵੀਰ ਗੁਦਾਰਾ ਜੀ ਰਿੰਪੀ ਬਰਾੜ ਵਿੱਕੀ ਚੋਟੀਆਂ ਭਗਵੰਤ ਸਿੰਘ ਅਟਾਰੀ ਵਾਲਾ ਰਣਜੋਤ ਬਰਾੜ ਮੰਦਰ ਸਿੰਘ ਬਰਾੜ ਸੋ ਸਨੀ ਜਿਵੇਂ ਕਹਿੰਦੇ ਨੇ ਢਿੱਲੋਂ ਜੀ ਚਰਨਜੀਤ ਲੋਹਾਰਾ ਜੀ ਤੇ ਜਿਹੜੇ ਜ਼ੋਨ ਇੰਚਾਰਜ ਨੇ ਸਾਰਿਆਂ ਦਾ ਧੰਨਵਾਦ ਜ਼ਿੰਦਗੀ ਦੇ ਪਰਮ ਪਿਆਰਾ ਮਿੱਤਰ ਹੈ ਮੇਰੇ ਵੀਰੋ ਸ਼ਵਿੰਦਰ ਸਿੰਘ ਜੀ ਢਿੱਲੋਂ ਸਰਪੰਚ ਉਸ ਵੀਰ ਦਾ ਵੀ ਧੰਨਵਾਦ ਸਿਆਣਾ ਨੇ ਕਿਹਾ ਜੋ ਵੀ ਕੰਮ ਕਰਨਾ ਪਰਮਾਤਮਾ ਪਰਵਤਗਾਰ ਦਾ ਨਾਮ ਜਿਹੜਾ ਜ਼ਰੂਰੀ ਲੈਣਾ ਚਾਹੀਦਾ ਕਿ ਕਲੰਗੀਆਂ ਵਾਲਿਆ ਲਿਖਾਂ ਕੀ ਸਿਫਤ ਤੇਰੀ ਕਾਗਜ਼ ਕਲਮ ਤੋਂ ਤੇਰਾ ਆਕਾਰ ਵੱਡਾ ਤੇਰੇ ਗੁਣ ਤੇ ਤੇਰੀ ਵਡਿਆਈ ਵੱਡੀ ਤੇ ਗੁਣਾਂ ਦਾ ਚੋਜੀ ਭੰਡਾਰ ਵੱਡਾ ਤੇਰੀ ਧੰਨ ਕੁਰਬਾਨੀ ਮੇਰੇ ਸ਼ਹਿਨਸ਼ਾਹ ਜੀ ਕੀਤਾ ਸਿੱਖ ਕੌਮ ਤੇ ਤੁਸੀਂ ਉਧਾਰ ਵੱਡਾ ਕਿਸੇ ਦੀਆਂ ਬਹਾਰਾਂ ਨੂੰ ਨਹੀਂ ਖੋਸਣ ਦਿੱਤਾ ਤੇ ਭਾਵੇਂ ਆਪਣੇ ਬਾਗ ਬੈਰਾਨ ਹੋ ਗਏ ਹੱਥੀ ਸ਼ਾਮਾਂ ਕੀਤੀਆਂ ਲੱਖਾਂ ਪੁੱਤਰਾਂ ਨੂੰ ਆਪਣੇ ਚਾਰੇ ਸੀ ਚਾਰੇ ਕੁਰਬਾਨ ਹੋ ਗਏ ਆਪਣੇ ਚਾਰੇ ਸੀ ਚਾਰੇ ਕੁਰਬਾਨ ਹੋ ਗਏ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖਦਰਾਣੇ ਦੀ ਢਾਬ ਦੇ ਉੱਤੇ ਘੋੜੇ ਦੇ ਸੋਮਾਂ ਦੀ ਟਾਪ ਲੱਗੀ ਕਿ ਟੁੱਟੀ ਗਾਂਢੀ ਹਰਗੋਪਾਲ ਸਰਬ ਜੀ ਆਪੇ ਪ੍ਰਤੀਪਾਲ ਖਦਰਾਣੇ ਦੀ ਢਾਬ ਨੂੰ ਜਿੱਥੇ ਕਹਿੰਦੇ ਨੇ ਵੀ 40 ਮੁਕਤਿਆਂ ਦੀ ਸ਼ਹੀਦੀਆਂ ਦੇ ਕਰਕੇ ਮੁਕਤਸਰ ਦਾ ਨਾਂ ਦਿੱਤਾ ਗਿਆ ਮੁਕਤਸਰ ਜ਼ਿਲ੍ਹੇ ਦੇ ਗਿੱਦੜਵਾਹ ਤਹਿਸੀਲ ਦੇ ਸਭ ਤੋਂ ਵੱਡੇ ਪਿੰਡ ਕਹਿ ਲਈਏ ਮੱਲਣ ਨੇ ਮੱਲਣ ਕੋਟਲੀ ਇਹ ਜਿਹੜੇ ਸਭ ਤੋਂ ਵੱਡੇ ਪਿੰਡ ਨੇ ਕੋਟਲੀ ਦੇ ਖੇਡ ਮੈਦਾਨਾਂ ਦੇ ਵਿੱਚ ਅੱਜ ਮਹਾਕੁੰਭ ਕਬੱਡੀ ਦਾ ਔਰ ਕਬੱਡੀ ਦੇ ਮਹਾਕੁੰਭ ਦੇ ਵਿੱਚ ਰੋਡਿਆਂ ਦੀ ਟੀਮ ਸੋਨੀ ਭਲਵਾਨ ਮੇਰੇ ਵੀਰੋ ਜਿੱਥੇ ਇਹਨਾਂ ਦੇ ਕੋਚ ਹੈ ਰੋਡਿਆਂ ਦੀ ਟੀਮ ਨੇ ਸਾਈਡ ਮੱਲੀ ਅਬਲੂ ਵਾਲੀ ਸਾਈਡ ਬਠਿੰਡੇ ਜ਼ਿਲ੍ਹੇ ਦਾ ਪਿੰਡ ਹੈ ਅਬਲੂ ਜਿਵੇਂ ਕਹਿੰਦੇ ਨੇ ਕਿ ਆਪਾਂ ਮੁਕਤਸਰ ਦੀ ਹੱਦ ਦੇ ਉੱਤੇ ਖੜੇ ਹਾਂ ਇਸ ਤੋਂ ਬਾਅਦ ਜਿਹੜਾ ਬਠਿੰਡਾ ਸ਼ੁਰੂ ਔਰ ਇੱਧਰ
ਅੰਦਰਲੇ ਪਾਸੇ ਮੁਕਤਸਰ ਵਾਲੀ ਸਾਈਡ ਕੋਟਲੀ ਵਾਲੀ ਸਾਈਡ ਇਹ ਰੌਤੇ ਪਿੰਡ ਰਾਏਪੁਰ ਪਿੰਡ ਹੈ ਮੁਟਿਆਰ ਦਾ ਰਾਏਪੁਰ ਦੀ ਗੱਲ ਕਰੀਏ ਰੋਪੜ ਡਿਸਟ੍ਰਿਕਟ ਦੇ ਨਾਲ ਸੰਬੰਧ ਹੈ ਰਾਏਪੁਰ ਦੀ ਧਰਤੀ ਦੀ ਨੋਨਾ ਕੌਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਧਦੀ ਹੋਈ ਇੱਕ ਪਾਸੇ ਰਾਏਪੁਰ ਰੋਪੜ ਦੇ ਨਾਲ ਰੂਪਨਗਰ ਦੇ ਨਾਲ ਸੰਬੰਧ ਤੇ ਦੂਸਰੇ ਪਾਸੇ ਸਰਬਜੀਤ ਕੌਰ ਬਾਜਵਾ ਜਿਹੜੇ ਜਾਫੀ ਹੈ ਇਹਨੇ ਕੋਸ਼ਿਸ਼ ਕੀਤੀ ਕਾਮਯਾਬੀ ਇਸ ਧਾਵੀ ਨੂੰ ਮਿਲੀ ਸਰਬਜੀਤ ਬਾਜਵਾ ਦਾ ਨਗਰ ਕਹਿੰਦੇ ਨੇ ਵੀ ਰਾਣੀਆਂ ਦੇ ਲਾਗੇ ਹੈ ਹਰਿਆਣੇ ਦੇ ਵਿੱਚੋਂ ਪਰ ਰੋਡਿਆਂ ਦੀ ਤੀਬਣ ਮੈਦਾਨਾਂ ਦੇ ਵਿੱਚ ਗੂੰਜਦੀ ਹੋਈ ਚੱਲ ਵੀ ਇੱਕ ਪਾਸੇ ਹੈਪੀ ਕੋਟਕਪੂਰੇ ਦੇ ਲਾਗੇ ਛੋਟਾ ਜਿਹਾ ਕੋਠਿਆਂ ਦੇ ਵਿੱਚ ਜਿਵੇਂ ਕਹਿੰਦੇ ਨੇ ਵੀ ਇਹਨਾਂ ਦਾ ਨਗਰ ਔਰ ਰੋਡਿਆਂ ਦੀ ਤੀਬਣ ਮੈਦਾਨਾਂ ਦੇ ਵਿੱਚ ਵੱਖਰੇਪਨ ਦਾ ਜਿਵੇਂ ਕਹਿੰਦੇ ਨੇ ਅਹਿਸਾਸ ਕਰਵਾਉਂਦੀ ਹੋਈ ਕੌਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਗੂੰਜਦੀ ਦੂਸਰੇ ਪਾਸੇ ਮੈਂ ਦੇਖਾਂਗਾ ਰੌਂਤਾ ਤੇ ਮੀਤੇ ਹੋਰੀ ਜਿਨ੍ਹਾਂ ਦੇ ਕਬੱਡੀ ਦੇ ਮੈਦਾਨ ਦੇ ਵਿੱਚ ਵੀਰਪਾਲ ਕੌਰ ਜਿਸ ਦਾ ਪਿੰਡ ਕਹਿੰਦੇ ਨੇ ਰੋਡੇ ਪਰ ਇਧਰਲੇ ਪਾਸੇ ਬਹੁਤ ਹੀ ਸੋਹਣਾ ਜਿਹੜਾ ਪੁਆਇੰਟ 6 ਨੰਬਰ ਦੀ ਕਿੱਟ ਦੇ ਵਿੱਚ ਰੌਂਤਾ ਪਿਆਰ ਰੌਂਤਾ ਮੋਗੇ ਜ਼ਿਲ੍ਹੇ ਦਾ ਟੀਮ ਹੈ ਤੇ ਰੋਡੇ ਮੋਗੇ ਜ਼ਿਲ੍ਹੇ ਦੀ ਟੀਮ ਹੈ ਕੌਡੀ ਦੇ ਮੈਦਾਨ ਦੇ ਵਿੱਚ ਪੰਜ ਮਿੰਟ ਦੇ ਵਿੱਚ ਵਿੱਚ ਟੀਮਾਂ ਜਿਹੜੀਆਂ ਦੋਨੋਂ ਤਿਆਰ ਹੋ ਕੇ ਪੁੱਜ ਜਾਣ ਅੱਜ ਦੇ ਚੌਥੇ ਕਬੱਡੀ ਕੱਪ ਦੇ ਵਿੱਚ ਸੋ ਜਿਨ੍ਹਾਂ ਦੇ ਵਿੱਚੋਂ ਨਿਊ ਦੀਪ ਕਬੱਡੀ ਕਲੱਬ ਮੁਕਤਸਰ ਸਾਹਿਬ ਤੇ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਬਰਨਾਲੇ ਦਾ ਪਹਿਲਾ ਮੈਚ ਹੈ ਨਿਊ ਦੀਪ ਕਬੱਡੀ ਕਲੱਬ ਮੁਕਤਸਰ ਸਾਹਿਬ ਸੋ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਬਰਨਾਲੇ ਦਾ ਜਿਹੜਾ ਪਹਿਲਾ ਮੈਚ ਹੈ ਇਹ ਟੀਮਾਂ ਜਿਹੜੀਆਂ ਜਲਦੀ ਦੇ ਨਾਲ ਖੇਡ ਮੈਦਾਨ ਦੇ ਵਿੱਚ ਪੁੱਜ ਜਾਣ ਉਧਰਲੇ ਪਾਸੇ ਕੌਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵੱਧਦੀ ਹੋਈ ਮੁਟਿਆਰ ਹੈਪੀ ਰੋਡੇ ਪਿੰਡ ਦੀ ਰੋਡਿਆਂ ਦੀ ਧਰਤੀ ਦੀ ਮੁਟਿਆਰ ਨੇ ਮੁਕਾਬਲਾ ਜਿਵੇਂ ਕਹਿੰਦੇ ਨੇ ਵੀ ਮਾਨਸਾ ਜ਼ਿਲ੍ਹੇ ਦੇ ਭੀਖੀ ਦੇ ਲਾਗੇ ਇੱਕ ਕਸਬਾ ਔਰ ਕਸਬੇ ਦੀ ਧਰਤੀ ਦੀ ਮੁਟਿਆਰ ਰਜਨੀ ਰਾਣੀ ਰੌਂਤਿਆਂ ਦੀ ਧੀਬਣ ਮੈਦਾਨ ਦੇ ਵਿੱਚ ਗੂੰਜਣ ਦੀ ਗੱਲ ਕਰਦੀ ਹੋਈ ਕਾਫੀ ਨੇ ਆਲੇ ਦਰਜੇ ਦਾ ਤੇ ਫੰਨੇ ਖਾਂ ਜੱਫਾ ਲਾ ਕੇ ਅੰਕਾਂ ਦੇ ਵਿੱਚ ਵਾਧੇ ਕਰ ਦਿੱਤੇ ਚੱਲ ਇਹ ਨਾ ਆਈ ਨਾ ਉਧਰਲੇ ਪਾਸੇ ਸਤਿਕਾਰ ਦੇ ਯੋਗ ਅੰਕਲ ਜੀ ਸਾਰੇ ਜਿੰਨੇ ਵੀ ਬੈਠੇ ਨੇ ਮੇਰੇ ਲਈ ਰੱਬ ਦਾ ਰੂਪ ਨੇ ਸੋ ਮੇਰੇ ਲਈ ਹਰ ਇੱਕ ਸ਼ਖਸੀਅਤ ਨਾਮੀ ਹੈ ਪੰਜਾਬੀ ਮਾਂ ਖੇਡ ਕਬੱਡੀ ਦੇ ਇਸ ਜੋ ਦਾਇਰੇ ਦੇ ਉੱਤੇ ਸਾਰਿਆਂ ਦਾ ਧੰਨਵਾਦ ਹੈ ਨਿਊ ਦੀਪ ਕਬੱਡੀ ਕਲੱਬ ਗਿੱਦੜ ਬਹਾ ਪੰਜਾਬੀ ਮਾਂ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਜਿੱਥੇ ਨਿਊ ਦੀਪ ਕਬੱਡੀ ਕਲੱਬ ਗਿੱਦੜਬਾਹਾ ਮੁਕਤਸਰ ਸਾਹਿਬ ਦੀ ਟੀਮ ਦਾ ਪਹਿਲਾ ਮੁਕਾਬਲਾ ਹੋਵੇਗਾ ਅੱਜ ਦੇ ਇਸ ਕਬੱਡੀ ਕੱਪ ਦਾ ਆਗਾਜ਼ ਜਿੱਥੇ ਕਬੱਡੀ ਦੀ ਫੈਡਰੇਸ਼ਨ ਔਰ ਮੇਰੇ ਵੀਰੋ ਕਬੱਡੀ ਦੀ ਸਾਰੇ ਆਰਗਨਾਈਜ਼ਰ ਜਿਵੇਂ ਕਹਿੰਦੇ ਨੇ ਫੈਡਰੇਸ਼ਨ ਦੇ ਸਾਰੇ ਨੁਮਾਇੰਦੇ ਤੇ ਪੁੱਜੇ ਨੇ ਸਾਰਿਆਂ ਦਾ ਧੰਨਵਾਦ ਹੈ ਪੰਜਾਬੀ ਮਾਂ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਉਧਰਲੇ ਪਾਸੇ ਇੱਕ ਨੌਜਵਾਨ ਗਰਾਊਂਡ ਦੇ ਚੱਕਰ ਲਾਵੇਗਾ ਗੱਜਣ ਵਾਲੇ ਪਿੰਡ ਤੋਂ ਸੋ ਕਬੱਡੀ ਪਾਉਣ ਦੇ ਲਈ ਰੋਪੜ ਦੀ ਧਰਤੀ ਦੀ ਮੁਟਿਆਰ ਕੌਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਧਦੀ ਹੋਈ ਰਾਏਪੁਰ ਪਿੰਡ ਇਸ ਮੁਟਿਆਰ ਦਾ ਨੋਨਾ ਨਾਓ ਕੌਡੀ ਦੇ ਮੈਦਾਨ ਦੇ ਵਿੱਚ ਵਧੀਆ ਪਲੇਅਰ ਦੇ ਵਜੋਂ ਜਾਣੀ ਜਾਂਦੀ ਅੰਕ ਰੌਂਤੇ ਪਿੰਡ ਦਾ ਰੌਂਤਿਆਂ ਦੀ ਟੀਮ ਨੇ ਜੇ ਸਾਈਡ ਮੱਲੀ ਹੈ ਤਾਂ ਸਾਈਡ ਕੋਟਲੀ ਵਾਲੀ ਸਾਈਡ ਜ਼ਿਲ੍ਹੇ ਮੁਕਤਸਰ ਸਾਹਿਬ ਵਾਲੀ ਸਾਈਡ ਤੇ ਰੋਡੇ ਪਿੰਡ ਦੀ ਜਿਹੜੀ
ਅਬਲੂ ਵਾਲੀ ਸਾਈਡ ਜ਼ਿਲ੍ਹੇ ਬਠਿੰਡੇ ਵਾਲੀ ਸਾਈਡ ਕੌਟੀ ਪਾਉਣ ਦੇ ਲਈ ਹੈਪੀ ਮੈਦਾਨ ਦੇ ਵਿੱਚ 12 ਨੰਬਰ ਦੀ ਕਿੱਟ ਦੇ ਵਿੱਚ ਰੋਟਿਆਂ ਦੇ ਵੱਲੋਂ 20ਵੀਂ ਸਦੀ ਦੇ ਮਹਾਨ ਜਰਨੈਲ ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਾ ਦਾ ਜੱਦੀ ਨਗਰ ਹੈ ਰੋਟੇ ਰੋਟਿਆਂ ਦੀ ਧਰਤੀ ਦੀ ਖਿਡਾਰਨ ਨੂੰ ਇੱਕ ਜੱਫਾ ਲਾ ਕੇ ਅੰਕਾਂ ਦੇ ਵਿੱਚ ਰੋਹਤੇ ਦੀ ਮੁਟਿਆਰ ਨੇ ਵਾਅਦੇ ਕੀਤੇ ਨੇ ਚੱਲ ਵੀ ਅਗਲੀ ਕਬੱਡੀ ਕੌਣ ਪਾਵੇਗੀ ਫਿਰ ਨੋਨਾ ਮੱਥਾ ਟੇਕ ਕੇ ਮੁਟਿਆਰ ਦੇ ਜੋੜੇ ਤੇ ਲੱਗੀ ਹੈ ਰੱਬ ਨੂੰ ਧਿਆਉਣ ਲੋਕੋ ਮਾਰੋ ਤਾੜੀਆਂ ਇਸ ਬੱਚੀ ਨੂੰ ਦਿਓ ਥਾਪੀ ਤੇ ਧਾਵੀ ਚੱਲੀ ਆ ਕੌਡੀ ਪਾਉਣ ਲੋਕੋ ਧਾਵੀ ਚੱਲੀ ਆ ਕੌਡੀ ਪਾਉਣ ਲੋਕੋ ਉਧਰਲੇ ਪਾਸੇ ਪੰਜਾਬੀ ਮਾਂ ਖੇਡ ਕਬੱਡੀ ਦੇ ਜਿੰਨੇ ਵੀ ਸਤਿਕਾਰ ਦੇ ਯੋਗ ਹਸਤੀਆਂ ਤੇ ਪੁੱਜੀਆਂ ਨੇ ਸਾਰੀਆਂ ਦਾ ਧੰਨਵਾਦ ਹੈ ਬਹੁਤ ਹੀ ਸਤਿਕਾਰ ਦੇ ਯੋਗ ਨੇ ਮਾਲਵੇ ਦੇ ਵਿੱਚ ਕਹਿੰਦੇ ਨੇ ਵੀ ਵਧੀਆ ਖੇਡ ਮੇਲਿਆਂ ਦੇ ਵਿੱਚ ਇੱਕ ਨਾਮ ਆ ਜਾਂਦਾ ਹੈ ਜਿੱਥੇ ਸ਼ੁਰੂਆਤ ਕੀਤੀ ਘੋੜਿਆਂ ਦੀ ਔਰ ਕੋਟ ਭਾਈ ਦੇ ਖੇਡ ਮੇਲੇ ਦੇ ਜਿਵੇਂ ਕਹਿੰਦੇ ਨੇ ਮੇਨ ਆਰਗੇਨਾਈਜ਼ਰ ਮਾਨਯੋਗ ਸਰਦਾਰ ਪ੍ਰੀਤਮ ਸਿੰਘ ਜੀ ਦੀ ਉਧਰ ਤੇ ਪੁੱਜੇ ਨੇ ਵੱਡਾ ਧੰਨਵਾਦ ਹੈ ਅੰਕਲ ਜੀ ਦਾ ਔਰ ਇਧਰਲੇ ਪਾਸੇ ਕੌਡੀ ਦੀ ਗੱਲ ਕਰੀਏ ਤਾਂ ਵੀਰਪਾਲ ਫਿਰ ਮੁਟਿਆਰ ਰੋਟਿਆਂ ਦੀ ਧਰਤ ਦੀ ਧਰਤ ਮਾਲਵੇ ਦੀ ਮਹਿਕਾਂ ਦੀ ਰਾਣੀ ਏ ਇੱਥੇ ਕਿਤੇ ਭੰਗੜੇ ਦੀ ਯਾਰੋ ਰੀਤ ਪੁਰਾਣੀ ਏ ਕਿਤੇ ਭੰਗੜੇ ਦੀ ਯਾਰੋ ਰੀਤ ਪੁਰਾਣੀ ਏ ਮਾਲਵੇ ਦੀ ਧਰਤ ਦੀ ਇਹ ਖਿਡਾਰਨ ਕੌਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਦੋਨੋਂ ਜ਼ਿਲ੍ਹੇ ਮੋਗੇ ਦੇ ਜਿਵੇਂ ਕਹਿੰਦੇ ਨੇ ਟੀਮਾਂ ਮੋਗੋ ਜ਼ਿਲ੍ਹੇ ਦੀ ਇੱਕ ਰੌਂਦੇ ਵਾਲੀ ਜਾਫੀ ਵੀ ਕਮਾਲ ਦੀਆਂ ਕਹਿੰਦੇ ਨੇ ਪਕੜਾ ਮਜ਼ਬੂਤ ਕਰਦੀ ਹੋਈ ਬਈ ਵਾਹ ਨਹੀਂ ਰੀਸਾਂ ਇੱਕ ਪਾਸੇ ਧਾਵੀ ਤੇ ਦੂਜੇ ਜਾਫੀ ਦੇ ਖਾਤੇ ਰੌਂਦੇ ਦੀ ਟੀਮ ਦੇ ਹਿੱਸੇ ਮੀਤਾ ਸਿੰਘ ਕਹਿੰਦੇ ਨੇ ਰੌਂਦੇ ਦਾ ਜਿਹੜਾ ਕੋਚ ਸੋਨੀ ਭਲਵਾਨ ਜੀ ਇਹ ਰੋਟੇ ਪਿੰਡ ਦਾ ਸਾਡਾ ਸਤਿਕਾਰ ਦੇ ਯੋਗ ਕੋਚ ਇਹਨਾਂ ਸਾਰੇ ਕੋਚਸ ਦਾ ਧੰਨਵਾਦ ਕਰਦੇ ਹਾਂ ਉਧਰਲੇ ਪਾਸੇ ਸਰਦਾਰ ਮਾਨ ਤੇ ਸਤਿਕਾਰ ਦੇ ਯੋਗ ਸ੍ਰੀ ਬੀ ਡੀ ਸ਼ਰਮਾ ਜੀ ਲਾਈਫ ਅਚੀਵਮੈਂਟ ਅਵਾਰਡ ਜਿਨ੍ਹਾਂ ਨੂੰ ਮਿਲਿਆ ਜ਼ਿੰਦਗੀ ਭਰ ਦੀਆਂ ਸੇਵਾਵਾਂ ਪ੍ਰਤੀ ਸਾਡੇ ਬਹੁਤ ਹੀ ਸਤਿਕਾਰ ਦੇ ਯੋਗ ਨੇ ਪੁੱਜੇ ਹੋਏ ਨੇ ਸਾਡੇ ਵਿਚਕਾਰ ਉਧਰਲੇ ਪਾਸੇ ਪੰਜਾਬੀ ਮਾਂ ਖੇਡ ਕਬੱਡੀ ਦੇ ਸਰਦਾਰ ਜਲੌਰ ਸਿੰਘ ਜੀ ਜਨਰਲ ਸਕੱਤਰ ਜਗਦੇਵ ਸਿੰਘ ਜੀ ਲਹਿਰਾ ਮੁਹੱਬਤ ਸੁਰਜੀਤ ਸਿੰਘ ਜੀ ਅੰਗਰੇਜ਼ ਵਾਲੀਆ ਸੋ ਇਸ ਲੜਕੀ ਦੇ ਲਈ ਮੋਨਾ ਦੇ ਲਈ 100 ਰੁਪਏ ਦੇ ਮਾਨ ਸਨਮਾਨ ਪੁੱਜਦੇ ਕਰਦੇ ਨੇ ਅੰਗਰੇਜ਼ ਵਾਲੀਆ ਜੀ ਸੋ ਮਾਨ ਸਨਮਾਨ ਜਿਹੜੇ ਲੜਕੀ ਦੇ ਪੁੱਜਦੇ ਕਰਦੇ ਨੇ ਇਹਨਾਂ ਦਾ ਧੰਨਵਾਦ ਹੈ ਔਰ ਉਧਰਲੇ ਪਾਸੇ ਕਹਿੰਦੇ ਨੇ ਹਾਫ ਸਮਾਂ ਇਸ ਮੁਕਾਬਲੇ ਦਾ ਸ਼ਹੀਦ ਜਿਵੇਂ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਬਰਨਾਲੇ ਦਾ ਜਿਹੜਾ ਮੈਚ ਹੈ ਨਿਊ ਦੀਪ ਕਬੱਡੀ ਕਲੱਬ ਗਿੱਦੜ ਬਹਾ ਸ੍ਰੀ ਮੁਕਤਸਰ ਸਾਹਿਬ ਦੇ ਨਾਲ ਹੈ ਦੋਵੇਂ ਟੀਮਾਂ ਜਿਹੜੀਆਂ ਜਲਦੀ ਦੇ ਨਾਲ ਖੇਡ ਮੈਦਾਨ ਦੇ ਵਿੱਚ ਪੁੱਜ ਜਾਣ ਹਾਫ ਸਮੇਂ ਦੇ ਵਿੱਚ ਜਿਹੜੇ ਪੁਆਇੰਟ ਨੇ ਬੱਲੇ ਬੱਲੇ 4-14 4.5 ਰੋਟੇ 14 ਪੁਆਇੰਟ ਜਿਹੜੇ ਰੌਂਦਾ ਕਬੱਡੀ ਪਾਉਣ ਦੇ ਲਈ ਨੋਨਾ ਮੈਦਾਨ ਦੇ ਵਿੱਚ ਇੱਕ ਪਾਸੇ ਕੌਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਨੋਨਾ ਹਾਫ ਸਮੇਂ ਤੋਂ ਬਾਅਦ ਜਿਵੇਂ ਕਹਿੰਦੇ ਨੇ ਕਬੱਡੀ ਦੀ ਸ਼ੁਰੂਆਤ ਹੋ ਚੁੱਕੀ ਹੈ ਲੜਕੀਆਂ ਦੀ ਕਬੱਡੀ ਸੋ ਜਿਵੇਂ ਕਹਿੰਦੇ ਨੇ ਕੁੱਖ ਵਿੱਚ ਧੀ ਧਰਤ ਵਿੱਚ ਪਾਣੀ ਉਹ ਕੁੱਖ ਵਿੱਚ ਧੀ ਧਰਤ ਵਿੱਚ ਪਾਣੀ ਨਾ ਸਾਂਭੇ ਤਾਂ ਖਤਮ ਕਹਾਣੀ ਨਾ ਸਾਂਭੇ ਤਾਂ ਖਤਮ ਕਹਾਣੀ ਕਬੱਡੀ 365.com ਦੁਨੀਆਂ ਦੀ ਵੱਖਰੀ ਜੀ ਇਸ ਜਿਵੇਂ ਕਹਿੰਦੇ ਨੇ ਤਬਦੀਲੀ ਲੈ ਕੇ ਆਉਂਦੀ ਦੁਨੀਆਂ ਦੀ ਕਬੱਡੀ ਕਬੱਡੀ ਦੀ ਦੁਨੀਆਂ ਦੇ ਵਿੱਚ ਵੱਖਰੀ ਜੀ ਤਬਦੀਲੀ ਲੈ ਕੇ ਆਉਂਦੀ ਇਹਨਾਂ ਨੇ ਪੂਰੇ ਦੁਨੀਆਂ ਦੇ ਵਿੱਚ ਇਹਨਾਂ ਪੇਂਡੂ ਖੇਡ ਮੇਲਿਆਂ ਨੂੰ ਜੋੜ ਦਿੱਤਾ ਸੋ ਹੈਪੀ ਲੱਖਾ ਤੇ ਸ਼ਮਿੰਦਰ ਉਹਨਾਂ ਦੇ ਵੱਲੋਂ 100-100 ਰੁਪਈਆ ਸਰੇਡ ਦੇ ਉੱਤੇ ਹੈ ਜੇ ਜਾਪੀ ਨੇ ਜੱਪਾ ਲਾ ਦਿੱਤਾ ਤੇ ਜਾਪੀ ਦੇ ਲਈ ਨੀ ਰੇਡਰ ਦੇ ਲਈ ਹੈਪੀ ਤੇ ਲੱਖਾ ਨਾਲ ਸ਼ਮਿੰਦਰ ਆਲਾ ਮੀਤਿਆ ਵੀ 100 ਯਾਨੀ 300 ਰੁਪਈਆ ਨੋਨਾ ਖਿਡਾਰੀ ਦੇ ਖਾਤੇ ਪੈ ਗਏ ਆਪਣੇ ਪੈਸੇ ਮੇਰੇ ਕੋਲ ਜ਼ਰੂਰ ਫੜ ਲਾ ਕਿਉਂਕਿ ਮੈਥੋਂ ਕੁਝ ਲਫ਼ਜ਼ਾਂ ਦੀ ਵੱਲੀ ਯੂਜ ਨਹੀਂ ਹੁੰਦੀ ਜਦੋਂ ਤੁਹਾਡੇ ਪੈਸੇ ਮੇਰੇ ਕੋਲੇ ਹੋਣ ਸੋ ਕੌਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਹੈਪੀ ਫਿਰ ਕੌਡੀ ਪਾਉਂਦੀ ਹੋਈ ਉਧਰਲੇ ਪਾਸੇ ਸ਼ਮਿੰਦਰ ਪੰਜਾਬੀ ਮਾਂ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਲੱਖਾਂ ਤੇ ਵੀਰ ਹੈਪੀ ਹੋਰਾਂ ਨੇ ਵੱਡੇ ਮਾਣ ਕੀਤੇ ਪਲੇਅਰਾਂ ਦੇ ਔਰ ਇੱਧਰ ਕਿਆ ਬਾਤਾਂ ਨੇ ਪੁਆਇੰਟ ਜਾਫੀਆਂ ਦੇ ਖਾਤੇ ਧਾਕਾ ਦੇ ਕੇ ਬਾਹਰ ਕੱਢ ਦਿੱਤਾ ਹੈ ਉਧਰਲੇ ਪਾਸੇ ਫਿਰ ਅਸੀਂ ਸਤਿਕਾਰ ਸਹਿਤ ਪੰਜਾਬੀ ਮਾਂ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਜਿੰਨੀਆਂ ਵੀ ਇੱਥੇ ਸ਼ਖਸੀਅਤਾਂ ਪੁੱਜੀਆਂ ਨੇ
ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਆਲ ਵਰਕਰਸ ਪੁੱਜੇ ਨੇ ਸਾਰਿਆਂ ਦਾ ਇੱਥੇ ਪੁੱਜਣ ਤੇ ਧੰਨਵਾਦ ਕਰਦੇ ਹਾਂ। ਮਾਂ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਉਧਰਲੇ ਪਾਸੇ ਕੌਡੀ ਪਾਉਣ ਦੇ ਲਈ ਨੋਨਾ 7 ਨੰਬਰ ਦੀ ਕਿੱਟ ਦੇ ਵਿੱਚ ਨੋਨਾ ਰੋਪੜ ਦੇ ਨਾਲ ਸੰਬੰਧ ਹੈ ਇਸ ਵਟਿਆਰ ਦਾ। ਕਹਿੰਦੇ ਨੇ ਪੰਜਾਬ ਦੇ ਰੂਪਨਗਰ ਜ਼ਿਲ੍ਹੇ ਦੇ ਰਾਏਪੁਰ ਪਿੰਡ ਦੀ ਕੌਡੀ ਪਾ ਕੇ ਵਾਪਸ ਮੁੜਨ ਦੀ ਗੱਲ ਕਰਦੀ ਹੋਈ ਅੱਜ ਰੌਂਦੇ ਪਿੰਡ ਦੇ ਲਈ ਅੰਕ ਰੌਂਦੇ ਦਿਖਾਤੇ ਹੈ। ਵੀਰਪਾਲ ਰੋਟਿਆਂ ਦੀ ਧਰਤ ਦੀ ਰੋਟੇ ਪਿੰਡ ਨੂੰ ਕੌਣ ਜਾਣਦਾ, ਸਿੱਖ ਇਤਿਹਾਸ ਦੇ ਵਿੱਚ ਵੱਡਾ ਨਾਮ ਹੈ ਕਿਉਂਕਿ 20ਵੀਂ ਸਦੀ ਦੇ ਮਹਾਨ ਜਰਨਲ ਦਮਦਮੀ ਟਕਸਾਲ ਦੇ 14ਵੇਂ ਮੁਖੀ, ਜਿਸ ਟਕਸਾਲ ਦੇ ਬਾਬਾ ਦੀਪ ਸਿੰਘ ਜੀ ਪਹਿਲੇ ਮੁਖੀ ਸਨ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਜੱਦੀ ਨਗਰ ਹੈ ਉਸੇ ਪਿੰਡ ਦੀ ਆ ਵੀਰਪਾਲ ਕੌਰ ਪੁਆਇੰਟ ਲੈ ਕੇ ਵਾਪਸ ਮੁੜਦੀ ਹੋਈ। ਅੰਕ ਜਿਹੜਾ ਰੋਟਿਆਂ ਦੀ ਟੀਮ ਦੇ ਖਾਤੇ, ਸੋ ਫੇਰ ਧੰਨਵਾਦ ਕਰਦੇ ਹਾਂ ਸਾਰੇ ਜਿੰਨੇ ਵੀ ਸਤਿਕਾਰ ਦੇ ਯੋਗ ਦਰਸ਼ਕ ਪੁੱਜੇ ਨੇ ਪੰਜਾਬੀ ਮਾਂ ਖੇਡ ਕਬੱਡੀ ਦਾ ਆਨੰਦ ਲੈਣ ਦੇ ਲਈ। ਅੱਜ ਚੌਥੇ ਇਸ ਕਬੱਡੀ ਦੇ ਕੱਪ ਦੇ ਉੱਤੇ ਸਾਰੇ ਦਰਸ਼ਕਾਂ ਦਾ ਹਾਰਦਿਕ ਧੰਨਵਾਦ ਹੈ ਜਸਵਿੰਦਰ ਹਾਸਾ ਬੁੱਟਰ ਦੇ ਵੱਲੋਂ। ਔਰ ਇਧਰਲੇ ਪਾਸੇ ਇਹ ਪੁਆਇੰਟ ਸਰਬਜੀਤ ਕੌਰ ਬਾਜਵਾ ਦੇ ਖਾਤੇ, ਸੋ ਜਾਪੀ ਦੇ ਲਈ, ਸੋ ਸ਼ਮਿੰਦਰ ਦੇ ਵੱਲੋਂ, ਲੱਖੇ ਦੇ ਵੱਲੋਂ ਤੇ ਬਾਈ ਹੈਪੀ ਦੇ ਵੱਲੋਂ 100-100 ਰੁਪਈਆ ਸਜਾਫੀ ਦੇ ਲਈ ਹੈ। ਸੋ ਜਿਹੜੇ ਜੱਫਾ ਲਾਇਆ ਸਰਬਜੀਤ ਕੌਰ ਬਾਜਵਾ, ਚਰਨਜੀਤ ਮਹਾਰਾ ਜੀ ਜਿਹੜੇ ਜੋਨ ਇੰਚਾਰਜ ਨੇ ਉਹਨਾਂ ਦੇ ਵੱਲੋਂ ਵੀ 100 ਰੁਪਈਆ ਸਜਾਫੀ ਦੇ ਲਈ ਜਿਹਨੇ ਜੱਫਾ ਲਾਇਆ। ਖਾਣਾ ਜਿਸ ਵੀ ਬੰਦੇ ਨੇ ਖਾਣਾ, ਦਰਸ਼ਕ ਨੇ ਖਾਣਾ ਸੇਵਨ ਕਰਨਾ ਤਾਂ ਸਕੂਲ ਦੇ ਵਿੱਚ ਆ ਚੁੱਕਿਆ ਹੈ, ਪ੍ਰਬੰਧਕਾਂ ਦੇ ਵੱਲੋਂ ਬੇਨਤੀ ਹੈ ਵੀ ਖਾਣਾ ਛੱਕ ਸਕਦੇ ਹੋ। ਔਰ ਉਧਰਲੇ ਪਾਸੇ 21-31 ਬਰਾਬਰ ਦੀਆਂ ਭਾਜੀਆਂ, ਜਿਵੇਂ ਕਹਿੰਦੇ ਨੇ ਇੱਕ ਸਹੇਲੀ ਨੇ ਪੁਆਇੰਟ ਦੂਜੇ ਪਾਸੇ ਲਿਆ ਤਾਂ ਦੂਜੇ ਪਾਸੇ ਕੋਸ਼ਿਸ਼ ਕੀਤੀ, ਕਿਉਂਕਿ ਨੋਨਾ ਤੇ ਰਜਨੀ ਦੋਨੋਂ ਸਹੇਲੀਆਂ, ਉਹਨਾਂ ਦੇ ਵਿੱਚੋਂ 8 ਨੰਬਰ ਦੀ ਕਿੱਟ ਦੇ ਵਿੱਚ ਰਜਨੀ, ਇਹਦਾ ਮਾਨਸਾ ਜ਼ਿਲ੍ਹੇ ਦੇ ਨਾਲ ਸੰਬੰਧ ਹੈ। ਸੋ ਮਾਨਸਾ ਜ਼ਿਲ੍ਹੇ ਦੇ ਖਿਆਲਾ ਦੀ ਰਹਿਣ ਵਾਲੀ ਨੇ ਜਾਨਦਾਰ ਜੱਫਾ ਲਾ ਕੇ ਅੰਕਾਂ ਦੇ ਵਿੱਚ ਵਾਧੇ ਕਰ ਦਿੱਤੇ। ਕੌਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਫਿਰ ਵਾਧੀ ਹੋਈ ਮੁਟਿਆਰ। ਨੋਨਾ ਰਾਏਪੁਰ ਦੀ, ਰਾਏਪੁਰ ਰੋਪੜ ਦੇ ਨਾਲ ਪੰਜਾਬ ਦੀ ਬੱਚੀ ਵਰਲਡ ਕਬੱਡੀ ਕੱਪ ਦੇ ਜਿੱਤੇ ਟ੍ਰਾਇਲਾਂ ਦੇ ਵਿੱਚ ਵਧੀਆ ਪ੍ਰਦਰਸ਼ਨ, ਪਰ ਜਿਵੇਂ ਕਹਿੰਦੇ ਨੇ ਨਾਲ ਬਿਨ ਕਿਸਮਤਾ ਰਾਹ ਨਹੀਂ ਹੱਥ ਆਉਂਦੇ, ਵਾਕਈ ਕਹਿੰਦੇ ਨੇ ਕੁਝ ਨਾ ਕੁਝ ਮਿਲਣਾ ਤਾਂ ਕਰਕੇ ਦਿਖਾਉਣਾ ਪੈਂਦਾ ਹੈ। ਇੱਧਰ ਫੇਰ ਮੁਕਾਬਲਾ ਸਖਤ ਹੈ ਔਰ ਅੰਕ ਜਿਹੜਾ ਧਾਵੀ ਦੇ ਖਾਤੇ, ਅੰਕ ਨੋਨਾ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ। ਸਰਬਜੀਤ ਬਾਜਵਾ ਨੇ ਕੋਸ਼ਿਸ਼ ਕੀਤੀ, ਹੈਪੀ ਨੇ ਕੋਸ਼ਿਸ਼ ਕੀਤੀ, ਬਾਈ ਲੱਖਾ ਸਿੰਘ ਸਰਪੰਚ ਹੈਪੀ, ਬਾਈ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਰਪੰਚ ਸ਼ਮਿੰਦਰ ਸਿੰਘ ਜੀ ਢਿੱਲੋਂ ਸਰਪੰਚ, ਔਰ ਚਰਨਜੀਤ ਸਿੰਘ ਜੀ ਜੋਨ ਇੰਚਾਰਜ ਨੇ। ਸੋ 500 ਰੁਪਈਆ ਸਰਬਜੀਤ ਕੌਰ ਦੇ ਲਈ ਭੇਜਦੇ ਨੇ ਜਿਸ ਬੱਚੀ ਨੇ ਜੱਫਾ ਲਾ ਕੇ ਅੰਕਾਂ ਦੇ ਵਿੱਚ ਵਾਧੇ ਕੀਤੇ ਨੇ। ਸੋ ਸੋਨੀ ਜੀ ਆਪਣੇ ਮਾਇਆ ਦੇ ਗੱਪੇ ਜ਼ਰੂਰ ਫੜ ਕੇ ਲੈ ਕੇ ਜਾਓ। ਔਰ ਇਧਰਲੇ ਪਾਸੇ ਫੇਰ ਮੁਟਿਆਰ, ਕੌਡੀ ਦੇ ਮੈਦਾਨ ਵਿੱਚ ਤੂਫਾਨ ਵਾਂਗ ਗੂੰਜਦੀ ਖੇਡ ਦੀ ਕਬੱਡੀ ਤੇ ਬੋਕਰ ਵਾਂਗ ਹੋਂਜਦੀ, ਖੇਡ ਦੀ ਕਬੱਡੀ ਤੇ ਇਹ ਜਾਫੀਆਂ ਨੂੰ ਬੋਕਰ ਵਾਂਗ ਹੋਂਜਦੀ, ਅੰਕ ਜਿਹੜਾ, ਸੋ ਜਿਵੇਂ ਕਹਿੰਦੇ ਨੇ ਵੀ ਜਾਫੀ ਦੇ ਖਾਤੇ ਡਿਕਲੇਅਰ ਕਰ ਦਿੱਤਾ ਹੈ। ਸੁਖਦੇਵ ਸਿੰਘ ਸੇਖੋਂ ਨਿੰਮਾ ਭੋਟੀਪੁਰੇ ਦਾ ਵੱਡੀਆਂ ਜ਼ਿੰਮੇਵਾਰੀਆਂ ਮੈਦਾਨ ਦੇ ਵਿੱਚ ਜਿਵੇਂ ਕਹਿੰਦੇ ਨੇ ਨਿਭਾ ਰਹੇ ਨੇ। ਮਾਨਯੋਗ ਸਰਦਾਰ ਗੁਰਦੀਪ ਸਿੰਘ ਜੀ ਸਰਪੰਚ ਸਾਹਿਬ, ਸੋ ਇਸ ਜੱਫੇ ਤੋਂ ਖੁਸ਼ ਹੋ ਕੇ 100 ਰੁਪਈਆ ਇਹਨਾਂ ਵੱਲੋਂ, ਸੋ ਸਰਬਜੀਤ ਦੇ ਜੱਫੇ ਤੋਂ ਖੁਸ਼ ਹੋ ਕੇ 100 ਰੁਪਈਆ ਇਹਨਾਂ ਦੇ ਵੱਲੋਂ ਗੁਰਦੀਪ ਸਿੰਘ ਜੀ ਸਰਪੰਚ ਵੱਲੋਂ। ਨਿਊ ਦੀਪ ਕਬੱਡੀ ਕਲੱਬ ਗੇਦੜ ਬਾਹਾ ਮੁਕਤਸਰ ਦੀ ਇਹ ਟੀਮ, ਹਰਦੀਪ ਸਿੰਘ ਜੀ ਡਿੰਪੀ ਢਿੱਲੋਂ ਹੋਰਾਂ ਦੀ ਟੀਮ ਹੈ ਉਧਰ ਪਾਸੇ। ਸੋ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਬਰਨਾਲਾ, ਇਹ ਟੀਮਾਂ ਨੂੰ 1 ਮਿੰਟ ਹੈ। ਔਰ ਸਾਡੇ ਪ੍ਰਬੰਧਕੀ ਕਮੇਟੀ ਦੇ ਨੁਮਾਇੰਦੇ ਜਾਂ ਕਬੱਡੀ ਐਸੋਸੀਏਸ਼ਨ ਦੇ ਮੁਤਾਬਿਕ, ਰੂਲਾਂ ਦੇ ਮੁਤਾਬਿਕ ਜੇ ਟੀਮ ਗਰਾਊਂਡ ਦੇ ਵਿੱਚ ਲੇਟ ਪਹੁੰਚੀ ਤਾਂ ਇਹਨਾਂ ਨੂੰ ਫਾਈਨ ਲੱਗਣਾ ਜਿਹੜਾ ਸ਼ੁਰੂ ਹੋ ਜਾਵੇਗਾ। ਉਧਰਲੇ ਪਾਸੇ ਪੰਜਾਬੀ ਮਾਂ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਅੰਕ ਦੱਸੀ ਨਿਮਿਆ, ਅੰਕ ਜਾਫੀਆਂ ਦੇ ਖਾਤੇ। ਕਹਿੰਦੇ ਨੇ ਕਿੱਥੇ ਆ ਕੇ ਕਰਮਾਂ ਨੇ ਦਿੱਤੀ ਹਾਰ, ਘੜਿਆ ਚਣਾ ਤੋਂ ਮੈਨੂੰ ਲਾ ਦੇ ਪਾਰਵੇ, ਘੜਿਆ ਚਣਾ ਤੋਂ ਮੈਨੂੰ ਲਾ ਦੇ ਪਾਰਵੇ। ਅਗਲੀ ਕਬੱਡੀ ਪਾਉਣ ਦੇ ਲਈ 7 ਨੰਬਰ ਦੀ ਕਿੱਟ ਦੇ ਵਿੱਚ, ਸੋ ਕੌਡੀ ਪਾਉਣ ਦੇ ਲਈ ਰੋਪੜ ਦੀ ਧਰਤ ਦੀ ਰਾਏਪੁਰ ਪਿੰਡ ਦੀ ਮੁਟਿਆਰ, ਭਾਵੇਂ ਕਹਿੰਦੇ ਨੇ ਖੇਡ ਕਬੱਡੀ ਦੇ ਵਿੱਚ ਵੱਡਾ ਨਾਂ ਹੈ ਉਧਰ ਹਰਿਆਣੇ ਵਾਲੀ ਕੋਸ਼ਿਸ਼ ਕਰਦੀ ਹੋਈ ਸਰਬਜੀਤ ਕੌਰ, ਅੰਕ ਧਾਵੀ ਦੇ ਹਿੱਸੇ ਅੰਕ ਰੇਡਰ ਦੇ ਖਾਤੇ ਦੇ ਵਿੱਚ ਜੁੜਦਾ ਹੋਇਆ। ਕਬੱਡੀ 365.com ਦੁਨੀਆ ਭਰ ਦੇ ਵਿੱਚ ਜਿਸ .com ਨੇ ਕਹਿੰਦੇ ਨੇ ਇਹਨਾਂ ਖੇਡ ਮੇਲਿਆਂ ਨੂੰ ਜੋੜਿਆ, ਸਾਰੀ ਵੀਰਾਂ ਦਾ ਧੰਨਵਾਦ, ਉਹਨਾਂ ਕਬੱਡੀ ਦੀ .com ਬਣਾਉਣ ਵਾਲਿਆਂ ਦਾ ਧੰਨਵਾਦ ਜਿਨ੍ਹਾਂ ਨੇ ਕਿ ਪੰਜਾਬ ਦੇ ਇਹਨਾਂ ਖੇਡ ਮੇਲਿਆਂ ਨੂੰ ਪੂਰੀ ਦੁਨੀਆ ਦੇ ਨਾਲ ਜੋੜ ਦਿੱਤਾ। ਪ੍ਰਦੀਪ ਪੁੱਜਿਆ ਹੋਇਆ ਵੀਰ, ਉਹਦਾ ਵੀ ਧੰਨਵਾਦ, ਹੈਪੀ ਹੋਰੀ ਉਹਦਾ ਵੀ ਧੰਨਵਾਦ ਹੈ। ਔਰ ਇਧਰਲੇ ਪਾਸੇ ਕਬੱਡੀ ਦੇ ਮੈਦਾਨ ਦੇ ਵਿੱਚ ਇੱਕ ਪਾਸੇ ਧਾਵੀ ਵਧੀਆ ਚੋਟੀ ਦੀ ਆਲੇ ਦਰਜੇ ਦੀ ਕਬੱਡੀ ਪਾ ਕੇ ਵਾਪਸ ਮੁੜਦੀ ਹੋਈ, ਗੁਰਦੀਪ ਸਿੰਘ ਸਰਪੰਚ
पॉइंट दे 100 रुपया होर है। सो जेडे भी पासे पॉइंट गया गुरदीप सिंह जी सरपंच दे वल्लों 100 रुपया होगा और इधर 7 नंबर की किट दे विच पर आ पॉइंट जिहड़ा नौना दे खाते जुड़दा होया बहुत ही सोहना आले दर्जे का पॉइंट कबड्डी पाउण दे लई मैदान दे विच। सोनी जी अंग्रेज सिंह वालिया कहना भी नोना नू जेड़ा भी जापी जफे जिन्हें ला दिते उन्हें 100 रुपये मेरे वालों लै जाओ और इधरले पासे कबड्डी पाउण दे लई मुख्यार मैदान दे विच भावे हल्के जे वेट दी है पर जिवें कहिंदे ने जादूगरी ते चुस्त चलाकी इस मुख्यार दे विच बहुत। कबड्डी पाउण दे लई फिर मैदान दे विच अगली कबड्डी नोना उधरले पासे पैंदियां कबड्डियां च लगदे ने जफे अज धौलां भी लगदियां ने ते नाल वजदे ने तफे अज कबड्डी पाउण दे लई मैदान दे विच एक पासे नोना रायपुर दी और दूसरे पासे सरबजीत बाजवा जी दे नाल हथ जोड़ियां और अंग्रेज वालिया जी 100 रुपया हो गया क्योंकि नोना नूं जिहड़ा जफा लग चुके है। दर्शन सिंह सरपंच पैरी वाले अटारी वाले दर्शन सिंह जी सरपंच अटारी वाले 100 रुपया उन्होंने वालों सरबजीत कौर दे लई अंग्रेज वालिया जी वालों 100 रुपया इस जफे तो खुश हो गया है। और उधरले पासे अंकां की गल करिए अंक जिहड़ा जाफियां दे हिस्से कौडी पाउण दे लई फिर मैदान दे विच नोना कौडी पाउण दे लई मैदान दे विच नोना फिर मैदान दे विच वधदी होई पटियार अज पता लगेगा कौन किन्ने पानी दे विच कीड़ी टीम जित के बाजी मारेगी जिवें कहिंदे ने भी अज बहुत तकड़ा मुकाबला लड़कियां दा इस मैच दा मुकाबले दीआं गल्लां बातां ने और आ पॉइंट जिहड़ा रेडर दे खाते अंक धावी दे हिस्से है। सोनी जी अपने माया ते गप्पे फड़ के लैके जाओ मेरे कोलों सो धन्नवाद तुहाडा और अगली कबड्डी वीरपाल दी मैच जिहड़ा समाप्त हो चुका है रौंते दी टीम जेतू रौंते दी टीम इस मैच दी जिहड़ी जेतू टीम है। सो बहुत ही सत्कार दे योग पहला तो मैं बेनती करांगा कि न्यू दीप कबड्डी क्लब गिदड़बाहा न्यू दीप कबड्डी क्लब गिदड़बाहा ते शहीद भगत सिंह कबड्डी क्लब बरनाला दी जिहड़ी टीम पुज जावे एक मिनट दे विच विच ग्राउंड खाली है न्यू दीप कबड्डी क्लब गिदड़बाहा सो नाल शहीद भगत सिंह कबड्डी क्लब बरनाला एक मिनट के बीच पुज जाए अज के चौथे कबड्डी कप के पुजी हुई शख्सियतों के बड़ा नाम है मान ते सत्कार दे योग सरदार प्रीतम सिंह जी कोट पाई उगे समाज सेवी ने जिते इस इलाके के वड्डियां गल्लां ने 7 दिनों के खेड़ मेला मेरे वीरो जिवें कहिंदे ने कोट पाई के डिकलेयर हो गया है। उते दर्शन सिंह जी सरपंच सर्कल प्रधान गिदड़बाहा सो गुरलाब सिंह जी सरपंच साबका चरणजीत सिंह जी लोहारा शिवराज सिंह जी बराड़ राजा सो नाल जंग सिंह बुटर बलदेव सिंह जी प्रधान किंदा सिंह बराड़ लाली बराड़ पम्मा संधु जी जगा जगा बराड़ जी काका सिंह मैंबर गुरदास सिंह सरपंच बंत सिंह मास्टर बब्बा सिंह प्रधान साढ़े बहुत ही सत्कार दे योग ने रिंपी बराड़ मास्टर रेशम सिंह ढिल्लो सूबा कोटली ते गुरु काकू सिंह जी इन्हां सारे सत्कार दे योग वीरां दा बड़ा धन्नवाद है। और उधर जसवीर सिंह जी घोड़ियां वाले साढ़े सरपंच ने सूरे वाला पिंड तो पुजे हुए ने इन्हों का भी इतने पुजन से धन्यवाद है अंकल जी का। सो एक नौजवान ने कहना ग्राउंड के 15 को चक्कर लाए ये भी जी तो हौसला अफजाई जी तुम कितो करो 15 को चक्कर लाए ने ग्राउंड के शहीद भगत सिंह कबड्डी क्लब बरनाला न्यू दीप कबड्डी क्लब गिदड़बाहा। सो जिवें कहते हैं भी दीवे थले नेरे वाली गल है सो अपना कबड्डी का कप होवे ते आपां ही लेट होईए ते सवाल वाली गल नहीं पढ़नी शहीद भगत सिंह कबड्डी क्लब बरनाला एंड न्यू दीप कबड्डी क्लब गिदड़बाहा ये टीमां जल्दी दे नाल एक मिनट दे विच विच ग्राउंड चोणियां जरूरी ने
मैं बेनती करांगा साडे वलंटियरां नूं कि जिहड़ी ग्राउंड दे अंदरले पासे लाइन आ मटे दिओ उहनूं मिटा दिओ कली दे उत्ते जिहड़ी अंदरले पासे वाली लाइन आ किसे वलंटियर दी ड्यूटी लाके मिटा दिओ प्रिंसीपल पी डी शर्मा जी बठिंडा तो पुजे हुए ने जलावर सिंह जी सत्कार के योग ने कबड्डी एसोसीएशन डिस्ट्रिक्ट मुक्तसर के सकत्र ने उत्ते निर्मल सिंह जी इंचार्ज माधोपुर अकैडमी के ने विशेष तौर पर पुजे ने उत्ते सरदार शीरा जंडा वाला मीरी पीरी यूके शहनशाह कबड्डी क्लब के जेडे कोच ने बलजीत सिंह जी साडा बहुत ही सत्कार मूह पिंड वाले बलजीत सिंह जिते कहिंदे ने शहीद भगत सिंह कबड्डी क्लब बरनाला के नुमाइंदे ने गोरा गोले वाली आ फरीदकोट के कबड्डी कोच ने चमकौर सिंह जी साढ़े न्यू दीप कबड्डी क्लब के कोचस ने सरदार मेजर सिंह जी एस जी पी सी अकैडमी सो अवतार सिंह जी धौला नंबरदार फरमाई वाले सो नाल बाबा फरीद कबड्डी अकैडमी माता नसीब कौर इन्हों सारे इंचार्जों का मैं बड़ा धन्यवाद करना जेडे आपो अपने टीमों नू नाल लेके पुजे ने उधरले पासे कहिंदे ने मीरी पीरी यूके शहनशाह कबड्डी क्लब के जिहड़े मेन ऑर्गेनाइजर ने कहिंदे ने भी जिन्हां दी टीम है मानजोग प्रीतम सिंह जी कोट भाई विशेष तौर ते भी पुजे हुए ने उन्हां दी टीम है मीरी पीरी यूके शहनशाह कबड्डी क्लब बठिंडा सुल्तान पुरदे साडे इंचार्ज ने गुरविंदर सिंह जी नाड़ा तलवंडी चौधरी पिंड वाला बहुत वधिया जिवें कहिंदे ने पुट्ठी पाउण दा शौकीन वह भी जिहड़ा अज कोचस दे तौर ते पुज्जा वड्डा धन्नवाद है क्लब कमेटी के मैंबरों को बेनती है भाई फट्टी लाए ग्राउंड के पहुंचे लैंना जो है कोई पुराने ग्राउंड खुला किया गया उन्होंने मिटाने वास्ते भी लोड़ है अज पिंड कोटली की धरती से जो ये महाकंभ चल रहा है उहदे विच संत महेश मुनि जी बोरे वाले स्पोर्ट्स एंड वेलफेयर क्लब ग्राम पंचायत समूह नगर निवासियों के कोठे ढाणिया पिंड कोटली अबलू जिला श्री मुक्तसर साहिब के सहयोग नाल यह जो महाकुंभ चौथा महाकुंभ अज कोटली की धरती से हो रहा है असी सारे ही पिंड वासियों का सारे ही उन्होंने सहयोगियों का दिल दी गहराइया चो धन्यवाद करते हैं साडे हल्के का मान भाई हरदीप सिंह जी डिंपी ढिलों चेयरमैन जिला प्लानिंग बोर्ड श्री मुक्तसर साहिब सानू बड़े समय तो सहयोग देंदे आ रहे सरदार गुरदेव सिंह जी बराड यूएसए वाले इन्हां विच सहयोगियों के मैं नाम लेना चाहना है भाई सनी ढिलों जी प्रधान धर्म बोर्ड गिदड़बा सरदार प्रीतम सिंह जी कोट भाई साहब उगे समाज सेवी सरदार सुरजीत सिंह जी मान चेयरमैन मार्केट कमेटी गिदड़बा सरदार नवदेव सिंह जी कौणी मैंबर एस जी पी सी सरदार मनी ढिलों जी शहरी प्रधान अकाली दल बादल गिदड़बा भाई चरणजीत सिंह जी लोहारा जोन इंचार्ज कोटली अबलू सरदार गुरदास सिंह जी सरपंच कोठे बड़े वाले सरदार दर्शन सिंह जी सरपंच सर्कल प्रधान यूथ अकाली दल गिदड़बा भाई मनप्रीत सिंह जी हैपी मैंबर जिला परिषद सरदार लखविंदर सिंह जी लखा कोटली सरपंच साहब सरदार गुरदीप सिंह जी चौधरी सरपंच साहब कोठे चीजें वाली सरदार जसकरन सिंह जी सरपंच कोठे हजूरे वाले सरदार जसकरन सिंह जी सरपंच सरदार सुखजीत सिंह जी सरपंच कोठे ढाबा वाले सरदार पछत्तर सिंह जी साबका मैंबर पंचायत सरदार जगतार सिंह जी पीए सरदार रणजीत सिंह जी ढिलों साहब भाई टफी बराड़ जी सोशल वर्कर
ਮਾਸਟਰ ਕਮਲਜੀਤ ਕਮਲਪ੍ਰੀਤ ਬਰਾੜ ਜੀ, ਭਾਈ ਜਸਕਰਨ ਸਿੰਘ ਜੀ ਕਰਨਾ, ਸਰਦਾਰ ਜਗਸੀਰ ਸਿੰਘ ਜੀ ਸੀਰਾ, ਰਾਮਪਾਲ ਰਾਮਾ ਗੁਜ਼ਾਰਾ ਜੀ, ਸਰਦਾਰ ਗੁਰਲਾਲ ਸਿੰਘ ਜੀ ਲਾਲੀ ਸੰਧੂ ਸਾਹਿਬ, ਸਰਦਾਰ ਸੁਖਮੰਦਰ ਸਿੰਘ ਜੀ ਮੈਂਬਰ ਪੰਚਾਇਤ, ਭਾਈ ਸਤਨਾਮ ਬੱਬਾ ਕਲੱਬ ਪ੍ਰਧਾਨ ਜੀ, ਸਾਬਕਾ ਸਰਪੰਚ ਕਮਲਜੀਤ ਸਿੰਘ ਜੀ, ਹਲਵੀਰ ਸਿੰਘ ਜੀ ਹੀਰਾ ਸੰਧੂ ਸਾਹਿਬ, ਸਰਦਾਰ ਬਲਦੇਵ ਸਿੰਘ ਜੀ ਸਾਬਕਾ ਪ੍ਰਧਾਨ ਸੁਸਾਇਟੀ, ਸਰਦਾਰ ਗੁਰਚਰਨ ਸਿੰਘ ਜੀ ਭੋਲਾ ਸਰਪੰਚ ਸਾਹਿਬ, ਹਰਮਨਦੀਪ ਸਿੰਘ ਜੀ ਬਰਾੜ, ਮਾਸਟਰ ਰਣਜੀਤ ਸਿੰਘ ਜੀ ਭਲਾਈਆਣਾ ਸਾਹਿਬ, ਹਰੀ ਸਿੰਘ ਜੀ ਚਹਿਲ ਬਾਈ ਸਿੰਘਾਪੁਰ ਤੋਂ, ਸਰਦਾਰ ਗੁਰਨੈਬ ਸਿੰਘ ਜੀ ਮੈਂਬਰ ਬਲਾਕ ਸਮਿਤੀ, ਸਰਦਾਰ ਰਾਮ ਸਿੰਘ ਜੀ, ਸਰਦਾਰ ਸ਼ਿਵਰਾਜ ਸਿੰਘ ਜੀ ਸਾਬਕਾ ਸਰਪੰਚ, ਬਾਈ ਰੇਸ਼ਮ ਸਿੰਘ ਜੀ ਢਿੱਲੋਂ ਸਾਹਿਬ, ਬਾਈ ਯਾਦਵਿੰਦਰ ਸਿੰਘ ਜੀ ਯਾਦੂ, ਕੁਲਦੀਪ ਸਿੰਘ ਜੀ ਕੋਠੇ ਬੜੇ ਵਾਲੇ, ਸਰਦਾਰ ਬੂਟਾ ਸਿੰਘ ਜੀ, ਬਾਈ ਇਕਬਾਲ ਸਿੰਘ ਜੀ ਸੈਕਟਰੀ ਸਾਹਿਬ, ਸਰਦਾਰ ਗੁਰਮੀਤ ਸਿੰਘ ਜੀ, ਸਰਦਾਰ ਮੇਜਰ ਸਿੰਘ ਜੀ, ਸਰਦਾਰ ਗੁਰਪਿਆਰ ਸਿੰਘ ਜੀ ਮੈਂਬਰ ਸਾਹਿਬ, ਸਰਦਾਰ ਬਲਕਾਰ ਸਿੰਘ ਜੀ ਕੋਠੇ ਬੜੇ ਵਾਲੇ, ਸਰਦਾਰ ਗੁਰਸੇਵ ਸਿੰਘ ਜੀ ਬਰਾੜ ਸਾਹਿਬ ਕੋਠੇ ਬੜੇ ਵਾਲੇ, ਸਰਦਾਰ ਗੁਲਾਬ ਸਿੰਘ ਜੀ ਸਾਬਕਾ ਸਰਪੰਚ, ਸਰਦਾਰ ਕੁਲਵੰਤ ਸਿੰਘ ਜੀ ਲਾਲੀ ਫੌਜੀ ਜੀ ਮੈਂਬਰ ਮਾਰਕੀਟ ਕਮੇਟੀ ਗਿੱਦੜਵਾ, ਸਰਦਾਰ ਗੁਰਪਾਕ ਸਿੰਘ ਜੀ ਮੈਂਬਰ ਪੰਚਾਇਤ ਕੋਠੇ ਬੜੇ ਵਾਲੇ, ਸਰਦਾਰ ਜੋਧਨ ਸਿੰਘ ਜੀ ਮੈਂਬਰ ਸਾਹਿਬ, ਸਰਦਾਰ ਬਲਵੀਰ ਸਿੰਘ ਜੀ ਸਾਬਕਾ ਸਰਪੰਚ ਸਾਹਿਬ, ਸਰਦਾਰ ਹਰਭਜਨ ਸਿੰਘ ਜੀ ਪ੍ਰਧਾਨ ਗਊਸ਼ਾਲਾ, ਸਰਦਾਰ ਹਰਮਿੰਦਰ ਸਿੰਘ ਜੀ ਢਿੱਲੋਂ ਸਾਹਿਬ ਮੈਨੇਜਰ ਪੰਜਾਬ ਸਕੂਲ ਸਿੱਖਿਆ ਬੋਰਡ, ਸਰਦਾਰ ਲਖਵੀਰ ਸਿੰਘ ਜੀ ਕੋਠੇ ਰੋੜਾਂ ਵਾਲੇ, ਸਰਦਾਰ ਮੁਖਤਿਆਰ ਸਿੰਘ ਜੀ ਫੌਜੀ ਸਾਹਿਬ, ਸਰਦਾਰ ਬਲਵੀਰ ਸਿੰਘ ਜੀ ਕੋਠੇ ਢਾਬਾਂ ਵਾਲੇ, ਸਰਦਾਰ ਕੁਲਵਿੰਦਰ ਸਿੰਘ ਜੀ ਕਿੰਦਾ ਬਰਾੜ ਜੀ ਕੋਠੇ ਦੁਲਚੀਆਣਾ, ਸਰਦਾਰ ਬਲਦੇਵ ਸਿੰਘ ਜੀ, ਸਰਦਾਰ ਜੰਗ ਸਿੰਘ ਜੀ ਬੁੱਟਰ ਸਾਹਿਬ, ਸਰਦਾਰ ਮੋਹਨ ਸਿੰਘ ਜੀ, ਸਰਦਾਰ ਨਿਰਭੈ ਸਿੰਘ ਜੀ ਮੈਂਬਰ ਪੰਚਾਇਤ, ਸਰਦਾਰ ਗੁਰਦਰਸ਼ਨ ਸਿੰਘ ਜੀ ਮੈਂਬਰ ਕੋਠੇ ਢਾਬਾਂ ਵਾਲੇ, ਸਵਰਗਵਾਸ ਸਰਦਾਰ ਗੁਰਚਰਨ ਸਿੰਘ ਜੀ ਝੰਡਾ ਮੈਂਬਰ ਸਾਹਿਬ, ਉਹਨਾਂ ਦੇ ਪਰਿਵਾਰ ਦਾ ਬੜਾ ਯੋਗਦਾਨ ਹੈ, ਸਰਦਾਰ ਰਣਜੋਤ ਸਿੰਘ ਜੀ ਬਰਾੜ ਸਾਹਿਬ, ਬਾਈ ਸਤਪਾਲ ਸੱਤਾ ਜੀ, ਜਗਮੀਤ ਸਿੰਘ ਜੀ ਵਾਲੀਆ ਮੀਤ ਪ੍ਰਧਾਨ ਕਲੱਬ, ਬਾਈ ਭੂਰਾ ਬਰਾੜ ਜੀ ਕੋਠੇ ਬਰੜੇ ਵਾਲੇ, ਸਰਦਾਰ ਬਲਕਰਨ ਸਿੰਘ ਜੀ ਸੋਥੇ ਵਾਲੇ, ਸਰਦਾਰ ਰਵਿੰਦਰ ਸਿੰਘ ਜੀ ਖਾਲਸਾ ਕੋਠੇ ਬਰੜੇ ਵਾਲੇ, ਸਰਦਾਰ ਗੁਰਲਾਬ ਸਿੰਘ ਜੀ ਕੋਠੇ ਬਰੜੇ ਵਾਲੇ, ਬਾਈ ਲਖਵਿੰਦਰ ਸਿੰਘ ਜੀ ਢਿੱਲੋਂ ਕੋਠੇ ਢਿਲਮਾਂ ਵਾਲੇ, ਪਾਲ ਸਿੰਘ ਜੀ ਮੈਂਬਰ ਪੰਚਾਇਤ ਕੋਠੇ ਲੇਟਾਂ ਵਾਲੀ, ਸਰਦਾਰ ਚਮਕੌਰ ਸਿੰਘ ਜੀ ਬਰਾੜ, ਸਰਦਾਰ ਗੁਰਦੀਪ ਸਿੰਘ ਜੀ ਵਿੱਕੀ ਮੈਂਬਰ ਬਲਾਕ ਸਮਿਤੀ ਕੋਟਲੀ, ਬਾਈ ਅਮਨਦੀਪ ਸੰਧੂ ਜੀ, ਜਸਪਾਲ ਸਿੰਘ ਜੀ ਦੁਲਚੀਆਣਾ ਸਾਹਿਬ, ਸਰਦਾਰ ਹਰਭਗਵਾਨ ਸਿੰਘ ਜੀ, ਸੁਖਪਾਲ ਸਿੰਘ ਜੀ ਮੈਂਬਰ ਪੰਚਾਇਤ ਢਾਬਾਂ ਵਾਲੇ, ਬਾਈ ਸੁਖਮੰਦਰ ਸਿੰਘ ਜੀ ਮੰਦਰ ਸਾਹਿਬ, ਸਰਦਾਰ ਸੁਖਜੀਤ ਸਿੰਘ ਜੀ ਮੈਂਬਰ ਪੰਚਾਇਤ, ਬਾਈ ਭੁਪਿੰਦਰ ਸਿੰਘ ਜੀ ਮੈਂਬਰ ਸਾਹਿਬ, ਸਰਦਾਰ ਨਛੱਤਰ ਸਿੰਘ ਜੀ ਚੋਟੀਆ, ਸਰਦਾਰ ਦਰਸ਼ਨ ਸਿੰਘ ਜੀ ਚੋਟੀਆ, ਭੋਲਾ ਸਿੰਘ ਜੀ ਮੈਂਬਰ ਕੋਠੇ ਬਰੜੇ ਵਾਲੇ, ਬਾਈ ਬੋਧ ਸਿੰਘ ਜੀ, ਸਰਦਾਰ ਗੁਰਮੀਤ ਸਿੰਘ ਜੀ ਬਰੜੇ ਵਾਲੇ, ਸਰਦਾਰ ਵਕੀਲ ਸਿੰਘ ਜੀ ਬਰੜੇ ਵਾਲੇ, ਬਾਈ ਅਵਤਾਰ ਜੀ, ਡਾਕਟਰ ਸਰਬਾ ਜੀ, ਸਰਦਾਰ ਤਰਸੇਮ ਸਿੰਘ ਜੀ ਔਲਖ ਸਾਹਿਬ, ਸਰਦਾਰ ਜੁਗਮੇਲ ਸਿੰਘ ਜੀ ਚੇਅਰਮੈਨ ਸਾਹਿਬ, ਅਰਮਾਨ ਬਰਾੜ ਕਨੇਡਾ ਪੋਤਰਾ, ਸਰਦਾਰ ਬਲੌਰ ਸਿੰਘ ਜੀ ਮਾਸਟਰ ਸਾਹਿਬ, ਚਮਕੌਰ ਸਿੰਘ ਜੀ ਸੋਥੇ ਵਾਲੇ, ਸਰਦਾਰ ਜਗਤਾਰ ਸਿੰਘ ਜੀ ਚੋਟੀਆਂ, ਜਗਜੀਤ ਸਿੰਘ ਜੀ, ਬਾਈ ਮਨਜਿੰਦਰ ਸਿੰਘ USA ਵਾਲੇ, ਬਾਈ ਮਨਫੂਲ ਸਿੰਘ ਜੀ ਬਰਾੜ ਸਾਹਿਬ, ਸਰਦਾਰ ਕੁਲਦੀਪ ਸਿੰਘ ਜੀ, ਬਾਈ ਬਲਦੇਵ ਜੀ, ਸਰਦਾਰ ਸੁਖਦੇਵ ਸਿੰਘ ਜੀ ਪ੍ਰੋਪਰਟੀ ਡੀਲਰ, ਸਰਦਾਰ ਤਰਸੇਮ ਸਿੰਘ ਜੀ ਕੋਠੇ ਸੌਂਦਿਆਂ ਵਾਲੇ, ਸਰਦਾਰ ਰੇਸ਼ਮ ਸਿੰਘ ਜੀ ਕੋਠੇ ਬਰੜੇ ਵਾਲੇ, ਸਰਦਾਰ ਗੁਰਮੀਤ ਸਿੰਘ ਜੀ, ਬਾਈ ਇਕਬਾਲ ਸਿੰਘ ਜੀ ਕੋਟਲੀ, ਗੱਗੀ ਸਿੰਘ ਜੀ, ਸਰਦਾਰ ਗੁਰਮੀਤ ਸਿੰਘ ਜੀ ਕੋਟਲੀ, ਰੇਸ਼ਮ ਸਿੰਘ ਜੀ ਸੇਵਾਦਾਰ ਜੋ ਸਾਡੇ ਨਾਲ ਬੜਾ ਸਹਿਯੋਗ ਦਿੱਤਾ, ਕਬੱਡੀ ਖਿਡਾਰੀ ਬਲਕਰਨ ਬੱਲਾ ਜੀ, ਵਿੱਕੀ ਚੋਟੀਆ ਜੀ ਕਬੱਡੀ ਖਿਡਾਰੀ, ਬਾਈ MP ਬਰਾੜ ਜੀ, ਮੈਂ ਸਾਰੇ ਹੀ ਇਹਨਾਂ ਪਿੰਡ ਵਾਸੀਆਂ ਦਾ, ਸਾਰੇ ਹੀ ਦਰਸ਼ਕਾਂ ਦਾ, ਸਾਰੀ ਪੰਚਾਇਤ ਪਿੰਡ ਕੋਟਲੀ ਅਬਲੂ, ਸਾਰੇ ਹੀ ਸਰਪੰਚਾਂ, ਸਾਰੇ ਹੀ ਪੰਚਾਇਤਾਂ ਦੇ ਮੁੱਖ ਸ਼ਖਸੀਅਤਾਂ ਵੱਲੋਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਜੋ ਬਹੁਤ ਬਹੁਤ ਧੰਨਵਾਦ ਕਰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਜਸਵਿੰਦਰ ਆਸਾ ਪੁੱਟਰ ਜੀ, ਸੋ ਦਰਸ਼ਕੋ ਜੇ ਤੁਹਾਡੀਆਂ ਤਾੜੀਆਂ ਹੋ ਜਾਣ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ। ਖੁੱਲ ਕੇ ਤਾੜੀਆਂ ਮਾਰ ਦਿਓ ਇੱਕ ਵਾਰ ਕਬੱਡੀ ਦੇ ਨਾਂ ਦੀ। ਸੋ ਜਿਉਂਦੇ ਹੋ।
ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਕਬੱਡੀ ਨੂੰ ਅੱਜ ਬੁਲੰਦੀਆਂ ਦੇ ਉੱਤੇ ਜਿਵੇਂ ਕਹਿੰਦੇ ਨੇ ਪਹੁੰਚਾ ਦਿੱਤਾ ਗਿਆ ਹੈ। ਜੇ ਗੱਲ ਕਰੀਏ ਵਰਲਡ ਕਬੱਡੀ ਕੱਪਾਂ ਦੀ ਜਾਂ ਵੇਵ ਵਰਲਡ ਕਬੱਡੀ ਲੀਗਾਂ ਦੀ, ਜਿਨ੍ਹਾਂ ਦੇ ਜ਼ਰੀਏ ਕਹਿੰਦੇ ਨੇ ਵੀ ਲੱਖਾਂ ਹੀ ਮੁੱਲ ਪਾਏ ਖਿਡਾਰੀਆਂ ਦੇ, ਔਰ ਅੱਜ ਉਹਨਾਂ ਮੈਦਾਨਾਂ ਦੇ ਵਿੱਚ ਉਹਨਾਂ ਹੀ ਕਹਿੰਦੇ ਨੇ ਖਿਡਾਰੀਆਂ ਦੇ ਵਿੱਚੋਂ ਪੁੱਜੇ ਹੋਏ ਨੇ ਜਿਨ੍ਹਾਂ ਨੇ ਆਪੋ ਆਪਣੀਆਂ ਕਹਿੰਦੇ ਨੇ ਵੱਡੀਆਂ ਜ਼ਿੰਮੇਵਾਰੀਆਂ ਨਿਭਾਈਆਂ। ਵੇਵ ਵਰਲਡ ਕਬੱਡੀ ਲੀਗ ਦੇ ਵਿੱਚ ਪੰਜਾਬ ਥੰਡਰ ਵੱਲੋਂ ਜਿਸ ਨੌਜਵਾਨ ਧਾਵੀ ਨੇ ਕਬੱਡੀ ਦੇ ਖੇਤਰ ਦੇ ਵਿੱਚ ਇੰਗਲੈਂਡ ਦੇ ਓ ਟੂ ਓਰੀਨਾ ਦੇ ਵਿੱਚ ਜਾ ਕੇ ਵਧੀਆ ਖੇਡ ਵਿਖਾਈ, ਮਨਜੀਤ ਸਿੰਘ ਫਿੱਡੂ ਜਿਵੇਂ ਕਹਿੰਦੇ ਨੇ ਵੀ ਜਿਹਦਾ ਚਨੀਰ ਪਿੰਡ ਆ ਵਿਸ਼ੇਸ਼ ਤੌਰ ਤੇ ਪੁੱਜਿਆ ਹੋਇਆ ਸਾਡਾ ਬਾਈ, ਉਹਦਾ ਧੰਨਵਾਦ ਹੈ। ਉਧਰ ਦੱਖਣ ਮਹਿਲ ਕਲਾਂ ਪਿੰਡ ਦਾ ਜਾਂ ਕਹਿੰਦੇ ਨੇ ਘੋੜਾ ਜਲਾਲ ਦੀਵਾਲ ਦੀ ਧਰਤੀ ਦਾ, ਔਰ ਜਿਵੇਂ ਕਹਿੰਦੇ ਨੇ ਹਿੰਦਾ ਫੱਕਰ ਝੰਡੇ ਦਾ, ਅਮਰਜੀਤ ਅੰਬੀ ਫੱਕਰ ਝੰਡੇ ਦੀ ਧਰਤੀ ਗੋਰਾ ਮੋਹ ਪਿੰਡ ਦਾ, ਸੋ ਗੋਲਡੀ ਚਨੀਰ ਪਿੰਡ ਦਾ ਇਹ ਨੌਜਵਾਨ ਜਿਹੜੇ ਤਾਜ ਉਪੋਵਾਲ ਦੀ ਧਰਤੀ ਢੀਂਡਸਾ, ਗੋਲਡੀ ਕਾਲਸਾ ਤੇ ਸੀਪਾ ਸੰਘੇੜੇ ਦੀ ਧਰਤੀ ਦੇ ਜਿਹੜੇ ਪਲੇਅਰਸ ਨੇ ਇਹਨਾਂ ਮੈਦਾਨਾਂ ਦੇ ਵਿੱਚ, ਉਧਰ ਨਿਊ ਦੀਪ ਕਬੱਡੀ ਕਲੱਬ ਦੇ ਵਿੱਚ ਜਿਵੇਂ ਕਹਿੰਦੇ ਨੇ ਵੀ ਵਧੀਆ ਸੈਦੋਕਿਆਂ ਵਾਲਾ ਬਲਜੀਤ ਬਾਈ ਜੀ ਦਾ ਧੰਨਵਾਦ ਹੈ। ਹੈਲੋ, ਅਸੀਂ ਪੰਜਾਬ ਅਕੈਡਮੀ ਦਾ ਪਹਿਲਾ ਮੈਚ ਸ਼ੁਰੂ ਕਰਨ ਲੱਗੇ ਹਾਂ। ਪਿੱਛੇ ਜੇ ਸਾਡੀ ਇੱਕ ਮੀਟਿੰਗ ਹੋਈ ਸੀ, ਉਹਦੇ ਬਾਅਦ ਸਪਸ਼ਟ ਫੈਸਲਾ ਕੀਤਾ ਗਿਆ ਸੀ ਜੋ ਖਿਡਾਰੀ ਜਾਣ ਬੁੱਝ ਕੇ ਕੋਈ ਚਕਨਾਈ ਵਾਲੀ ਚੀਜ਼ ਵਰਤ ਕੇ ਆਉਂਦਾ ਉਸ ਨੂੰ ਪੂਰਾ ਮੈਚ ਵੀ ਬਾਹਰ ਰੱਖਿਆ ਜਾ ਸਕਦਾ। ਇਹ ਰੈਫੀ ਤੇ ਡਿਪੈਂਡ ਕਰਦਾ ਕਿੰਨਾ ਕੁ ਉਹਨੇ ਗਲਤੀ ਕੀਤੀ ਆ। ਹਾਫ ਟਾਈਮ ਤੱਕ ਵੀ ਬਾਹਰ ਰਹਿ ਸਕਦਾ, 10 ਮਿੰਟ ਬਾਅਦ ਜੋ ਰੈਫਰੀ ਨੇ ਦੇਣਾ। ਕਿਰਪਾ ਕਰਕੇ ਸਾਰੇ ਇੰਚਾਰਜਾਂ ਨੂੰ ਮੇਰੀ ਬੇਨਤੀ ਆ ਵੀ ਚਕਨਾਈ ਵਾਲੀ ਕੋਈ ਚੀਜ਼ ਨਾ ਲਾ ਕੇ ਆ। ਜੇ ਲਾ ਕੇ ਆਉਂਗੇ ਫਿਰ ਤੁਸੀਂ ਅੱਛੀ ਆਖੋ ਸਾਨੂੰ ਅੰਦਰ ਪਾ ਲਓ ਜੀ, ਅਸੀਂ ਉਹ ਖਿਡਾਰੀ ਨੂੰ ਅੰਦਰ ਨਹੀਂ ਪਾਵਾਂਗੇ, ਉਹ ਟੀਮ ਵਿੱਚ ਨਹੀਂ ਖੇਡ ਸਕੇਗਾ, ਉਹ ਬਾਹਰ ਹੀ ਬੈਠੇਗਾ। ਕਿਰਪਾ ਕਰਕੇ ਜੇ ਕਿਸੇ ਦੇ ਲੱਗੀ ਆ ਚਕਨਾਈ ਵਾਲੀ ਚੀਜ਼ ਉਹ ਸਾਫ ਕਰਕੇ ਆਓ। ਮੈਚਾਂ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਤਾਹੀ ਨਹੀਂ ਕਰਨੀ ਤਾਂ ਕਿ ਤੁਸੀਂ ਮੈਚ ਤੋਂ ਬਾਹਰ ਬਹਿ ਕੇ ਤੁਹਾਨੂੰ ਬੈਠਣਾ ਪਵੇ। ਹੈਲੋ, ਨਿਊ ਦੀਪ ਅਕੈਡਮੀ ਦਾ ਖਿਡਾਰੀ ਹੈ ਸਤਨਾਮ ਡੱਬੋਰ ਮਾਣਾ, ਉਹਨਾਂ ਨੂੰ ਬੇਨਤੀ ਹੈ ਸਟੇਜ ਤੇ ਆ ਕੇ ਬੈਠ ਲਈ। ਉਹ ਨਿਊ ਦੀਪ ਅਕੈਡਮੀ ਦਾ ਖਿਡਾਰੀ ਸਤਨਾਮ ਡੱਬੋਰ ਮਾਣਾ, ਕੋਈ ਸੱਟ ਲੱਗੀ ਹੋਈ ਹੈ ਉਹਨਾਂ ਦੇ ਤੇ ਸਟੇਜ ਤੇ ਆ ਕੇ ਉਹ ਮੈਚ ਦਾ ਆਨੰਦ ਮਾਣ। ਹਾਂ, ਬਾਕੀ ਕਿਹੜੇ ਇੰਚਾਰਜ ਸਾਹਿਬਾਨ ਆ ਵੱਖ ਟੀਮਾਂ ਦੇ, ਉਹਨਾਂ ਨੂੰ ਵੀ ਮੇਰੀ ਇੱਕ ਬੇਨਤੀ ਹੈ, ਉਹ ਸਰਕਲ ਤੋਂ ਬਾਹਰ ਹੀ ਕੁਝ ਕਰ ਸਕਦੇ ਆਪਦੀ ਟੀਮ ਨੂੰ। ਸਰਕਲ ਤੋਂ ਬਾਹਰ ਆਪਦੇ ਖਿਡਾਰੀ ਨੂੰ ਜੋ ਦੱਸਣਾ ਹੋਵੇ ਜਾਂ ਕੋਈ ਉਹਨੂੰ ਦਾਅ ਪੇਚ ਉਹੀ ਕਰ ਸਕਦਾ, ਨਹੀਂ ਤਾਂ ਉਹ ਖਿਡਾਰੀ ਇੰਚਾਰਜ ਅੰਦਰ ਨਹੀਂ ਆਏਗਾ, ਅੰਦਰ ਆਏਗਾ ਉਹਦੇ ਅਗੇਂਸਟ ਬੈਟ ਪੈਨ ਦਿੱਤਾ ਜਾਏਗਾ। ਹਾਂ, ਫਸਟ ਹਾਂਜੀ, ਸਾਰੇ ਕਿਹੜੇ ਮੈਚ ਆ ਉਹ ਫਸਟ ਟੱਚ ਨਾਲ ਹੋਣਗੇ। ਤੁਸੀਂ ਜੋ ਵੀ ਰੇਡਰ ਜਾਂ ਜਾਫੀਆਂ ਵਿੱਚੋਂ ਕਿਹਦਾ ਪਹਿਲਾ ਟੱਚ ਹੋਏਗਾ ਉਹੀ ਆ ਉਹਨੂੰ ਜਾਣ ਬੁੱਝ ਕੇ, ਜੇ ਤੁਸੀਂ ਨੇੜੇ ਆਓ ਸਰਕਲ ਦੇ ਜਾਣ ਬੁੱਝ ਕੇ ਹੱਥ ਫੜ ਕੇ ਇੱਕ ਰੇਡਰ ਜਾਫੀ ਨੂੰ ਉਹਦਾ ਹੱਥ ਜਾਣ ਬੁੱਝ ਕੇ ਨਹੀਂ ਲਵਾ ਸਕਦਾ। ਅਚਨਚੇਤ ਜੋ ਵੀ ਕਿਸੇ ਦਾ ਫਸਟ ਟੱਚ ਹੋਏਗਾ ਉਹਦੇ ਹੀ ਉੱਠ ਸਕੋਰ ਦਿੱਤਾ ਜਾਏਗਾ। ਧੰਨਵਾਦ। ਹੈਲੋ, ਹਾਂਜੀ, ਕਈ ਲੋਕਲ ਪ੍ਰਬੰਧਕ ਕਮੇਟੀ ਆ ਨਾ, ਸਾਨੂੰ ਕੋਈ ਦੋ ਲਾਈਨਮੈਨ ਜਾਂ ਤੁਹਾਡੇ ਕੋਲ ਰੈਫਰੀ ਹੈਗੇ ਆ ਉਹ ਜ਼ਰੂਰ ਦੇ ਦਿਓ, ਕਿਉਂਕਿ ਸਾਡੇ ਕੋਲ ਅਫੀਸ਼ਲ 4 ਹੀ ਸਾਨੂੰ ਅਲਾਓ ਕੀਤੇ ਆ, ਉਹ ਇਸ ਕਰਕੇ ਉਹ ਲਾਈਨਮੈਨ ਨਹੀਂ ਲੱਗ ਸਕਣਗੇ। ਕਿਰਪਾ ਕਾਮਨ ਜੇ ਦੋ ਖਿਡਾਰੀ ਜਾਂ ਰੈਫਰੀ ਉਹ ਸਾਨੂੰ ਦੇ ਦਿਓ ਤਾਂ ਕਿ ਉਹਨੂੰ ਥੋੜ੍ਹਾ ਬਹੁਤਾ ਅਸੀਂ ਦੱਸ ਵੀ ਦੇਈਏ ਅਤੇ ਉਹੀ ਸਾਰੇ ਮੈਚ ਖੇਡਣਗੇ। ਧੰਨਵਾਦ।
ਸਰਦਾਰ ਵਿਧੀ ਸਿੰਘ ਯੂਕੇ ਜੋ ਸਪੌਂਸਰ ਨੇ ਮੀਰੀ ਪੀਰੀ ਕਲੱਬ ਦੇ ਉਹ ਵੀ ਸਾਡੇ ਦਰਮਿਆਨ ਪਹੁੰਚ ਚੁੱਕੇ ਆ, ਅਸੀਂ ਉਹਨਾਂ ਨੂੰ ਇੱਥੇ ਆਉਣ ਦੇ ਜੀਆਂ ਆਖਦੇ ਹਾਂ। ਸਰਦਾਰ ਵਿਧੀ ਸਿੰਘ ਯੂਕੇ ਹੈਲੋ 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 ਸਾਡੇ ਕਲੱਬ ਦੇ ਨੁਮਾਇੰਦਿਆਂ ਦੇ ਵੱਲੋਂ ਕਹਿ ਲਈਏ, ਪੰਚਾਇਤਾਂ ਦੇ ਵੱਲੋਂ ਕਹਿ ਲਈਏ, ਬੇਨਤੀ ਆ ਵੀ ਜਿੰਨੇ ਵੀ ਸਾਡੇ ਕਲੱਬਾਂ ਦੇ ਕੋਚ ਸਾਹਿਬਾਨ ਜਾਂ ਅਫੀਸ਼ੀਅਲ ਜੇ ਨਾਲ ਪੁੱਜੇ ਨੇ ਉਹ ਸਟੇਜ ਉੱਤੇ ਵਿਰਾਜਮਾਨ ਹੋ ਜਾਣ। ਸੋ ਧੰਨਵਾਦ ਹੈ। ਉਧਰਲੇ ਪਾਸੇ ਸਾਡੇ ਬਹੁਤ ਹੀ ਸਤਿਕਾਰ ਦੇ ਯੋਗ ਪ੍ਰੀਤਮ ਸਿੰਘ ਜੀ ਕੋਟ ਪਾਈ, ਸਤਿਕਾਰ ਦੇ ਯੋਗ ਸ਼ਖਸੀਅਤ। ਸੋ ਸੰਨੀ ਢਿੱਲੋਂ ਜੀ ਪ੍ਰਧਾਨ ਨੇ ਨਿਊ ਦੀਪ ਕਬੱਡੀ ਕਲੱਬ ਗਿੱਦੜਬਾਹਾ ਦੇ, ਵੱਡਾ ਧੰਨਵਾਦ ਹੈ। ਔਰ ਟਿੱਕਾ ਵੀਰ ਦਵਿੰਦਰ ਜੀ ਵਿਸ਼ੇਸ਼ ਤੌਰ ਤੇ ਪੁੱਜੇ ਨੇ, ਵੱਡਾ ਧੰਨਵਾਦ ਹੈ। ਉਧਰਲੇ ਪਾਸੇ ਅਸੀਂ ਮਾਸਟਰ ਰਣਜੀਤ ਸਿੰਘ ਜੀ ਭੁਲਾਈ ਆਣਾ, ਸੋ ਰਾਜਾ ਜੀ ਸਤਿਕਾਰ ਸਹਿਤ ਮਾਸਟਰ ਬਲਜਿੰਦਰ ਸਿੰਘ ਜੀ ਕੋਟ ਪਾਈ, ਵਿਸ਼ੇਸ਼ ਤੌਰ ਤੇ ਜਿੰਨੇ ਵੀ ਸਤਿਕਾਰ ਦੇ ਯੋਗ ਹਸਤੀਆਂ ਪੁੱਜੀਆਂ ਨੇ ਸਾਰਿਆਂ ਦਾ ਧੰਨਵਾਦ। ਪਹਿਲੀ ਕਬੱਡੀ ਦੀ ਗੱਲ ਕਰੀਏ ਤਾਂ ਨੌਜਵਾਨੋ ਸੰਘੇੜਾ ਪਿੰਡ ਹੈ ਦੀਪ ਨਾਓ, ਦੀਪ ਸੰਘੇੜੇ ਬਰਨਾਲੇ ਦੀ ਗੱਲ ਹੈ, ਔਰ ਪਹਿਲੀ ਕਬੱਡੀ ਪਾ ਦਿੱਤੀ। ਇੱਕ ਵਾਰ ਜ਼ੋਰਦਾਰ ਤਾੜੀਆਂ ਮਾਰ ਦਿਓ। ਅੱਜ ਆਗਾਜ਼ ਹੋ ਚੁੱਕਿਆ ਹੈ ਕਿ ਪਿਗਲ ਬੱਜਿਆ, ਕੋਚ ਦਾ ਹੁਕਮ ਹੋਇਆ, ਜਿਹੜੇ ਸੂਰਮੇ ਸਿੰਘ ਦਲੇਰ ਮੀਆਂ ਉਹ ਨਿਕਲੇ ਪੁੱਤ ਸਰਦਾਰਾਂ ਦੇ, ਸ਼ੈਲ ਬਣ ਕੇ ਜਿਵੇਂ ਵੇਲੋ ਨਿਕਲਦੇ ਸ਼ੇਰ ਮੀਆਂ। ਬਰਨਾਲੇ ਜ਼ਿਲ੍ਹੇ ਦੇ ਅਲਕੜੇ ਪਿੰਡ ਦਾ ਸਤਨਾਮ ਸਿੰਘ ਸ਼ੋਕੀ ਕੌਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ, ਉੱਪੇਵਾਲ ਦੀ ਧਰਤੀ ਦਾ ਤਾਜ, ਘੋੜਾ ਜਲਾਲ ਦੀਵਾਲ ਪਿੰਡ ਦਾ ਹਿੰਦਾ, ਫਕਰ ਝੰਡੇ ਦਾ ਜਿਵੇਂ ਕਹਿੰਦੇ ਨੇ ਉਹਦੇ ਨਾਲ ਮੇਰੇ ਗੋਲਡੀ ਕਾਲਸਾ ਵਾਲਾ, ਇਹਦਾ ਬਰਨਾਲੇ ਜਿਵੇਂ ਕਹਿੰਦੇ ਨੇ ਮਾਨਸਾ ਜ਼ਿਲ੍ਹੇ ਦੇ ਵਿੱਚ ਫਕਰ ਝੰਡਾ ਪਿੰਡ ਹੈ, ਪਰ ਅੰਕ ਜਿਹੜਾ ਧਾਵੀ ਦੇ ਖਾਤੇ। ਨਿਊ ਦੀਪ ਕਬੱਡੀ ਕਲੱਬ ਗਿੱਦੜਬਾਹਾ ਜਿੱਥੇ ਹਰਦੀਪ ਸਿੰਘ ਜੀ ਡਿੰਪੀ ਢਿੱਲੋਂ ਹੋਰਾਂ ਨੇ ਹੋਂਦ ਦੇ ਵਿੱਚ ਲੈ ਕੇ ਆਉਂਦੀ, ਉਹਨਾਂ ਦੇ ਪ੍ਰਧਾਨ ਸਾਡੇ ਸੰਨੀ ਢਿੱਲੋਂ ਜੀ ਬਹੁਤ ਹੀ ਸਤਿਕਾਰ ਤੇ ਯੋਗ ਨੇ। ਇਹ ਟੀਮ ਜਿਹੜੀ ਯੈਲੋ ਕਲਰ ਦੀਆਂ ਗੇਟਾਂ ਦੇ ਵਿੱਚ ਕੋਟਲੀ ਪਿੰਡ ਮੁਕਤਸਰ ਸਾਹਿਬ ਵੱਲ ਚਲੀ ਗਈ ਹੈ, ਔਰ ਦੂਸਰੀ ਟੀਮ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਬਰਨਾਲਾ ਨੀਲੀਆਂ ਗੇਟਾਂ ਦੇ ਵਿੱਚ, ਔਰ ਇਹ ਬਠਿੰਡੇ ਵਾਲੀ ਸਾਈਡ ਮਨਪ੍ਰੀਤ ਸਿੰਘ ਨੱਟੂ ਸਹਿਤੋ ਪਿੰਡ ਵਾਲਾ ਜਿਹਨੇ ਮਨਜੀਤ ਸਿੰਘ ਫਿੱਟੂ ਝਨੀਰ ਵਾਲੇ ਨੂੰ ਜਫਾ ਲਾ ਕੇ ਅੰਕ ਜਿਹੜਾ ਨਿਊ ਦੀਪ ਕਬੱਡੀ ਕਲੱਬ ਦੇ ਖਾਤੇ ਜੋੜ ਦਿੱਤਾ। ਉਧਰਲੇ ਪਾਸੇ ਰੇਡ ਪਾਉਣ ਤੋਂ ਪਹਿਲਾਂ ਦੱਸ ਦਈਏ ਕਿ ਕੁਝ ਨਜ਼ਰਾਂ ਲੱਗ ਗਈਆਂ ਦੇ ਭਾਈ ਨੂੰ ਮੇਰੇ ਵੀਰੋ, ਦੁਨੀਆ ਦਾ ਸਟਾਰ ਧਾਵੀ ਸਤਨਾਮ ਸਿੰਘ ਦਗੋਰਮਾਣੇ ਵਾਲਾ, ਸੱਟਾਂ ਪੇਟਾਂ ਲੱਗ ਗਈਆਂ ਜਿਵੇਂ ਕਹਿੰਦੇ ਨੇ ਚੜ੍ਹਦੀ ਉਹ ਬ੍ਰੇਕ ਦੇ ਖਿਡਾਰੀ ਨੂੰ ਨਜ਼ਰਾਂ ਲੱਗੀਆਂ ਸਾਡੇ ਵਿੱਚ ਪੁੱਜਿਆ। ਵਾਹਿਗੁਰੂ ਅੱਗੇ ਅਰਦਾਸ ਹੈ ਕਿ ਦੁਬਾਰਾ ਜਿਹੜਾ ਮੈਦਾਨ ਦੇ ਵਿੱਚ ਉਤਰੇ ਇਹ ਨੌਜਵਾਨ ਦਗੋਰਮਾਣਾ ਫਰੀਦਕੋਟ ਜ਼ਿਲ੍ਹੇ ਦਾ ਧਰਮਿੰਦਰ ਸਿੰਘ, ਨਿਊ ਦੀਪ ਕਬੱਡੀ ਕਲੱਬ ਦੇ ਵੱਲੋਂ ਕੌਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਾਧਾ ਹੋਇਆ। ਉਧਰਲੇ ਪਾਸੇ ਮਾਨਸਾ ਜ਼ਿਲ੍ਹੇ ਦਾ ਫੱਕਰ ਝੰਡਾ ਸਭ ਤੋਂ ਵੱਡਾ ਪਿੰਡ ਹੈ, ਬਾਬੇ ਵਲੈਤ ਸ਼ਾਹ ਦੀ ਧਰਤੀ ਤੇ ਨੌਜਵਾਨ ਨੇ ਕੋਸ਼ਿਸ਼ ਕੀਤੀ, ਕੋਸ਼ਿਸ਼ ਨੂੰ ਕਾਮਯਾਬੀ ਮਿਲ ਗਈ ਜਾਂ ਨਹੀਂ ਆਉਣ ਵਾਲਾ ਸਮਾਂ ਦੱਸੇਗਾ। ਬੱਲੇ 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 ਇਹ ਪੁਆਇੰਟ ਜਿਹੜਾ ਨਿਊ ਦੀਪ ਕਬੱਡੀ ਕਲੱਬ ਦੇ ਖਾਤੇ ਦੇ ਵਿੱਚ ਜੁੜਦਾ ਹੋਇਆ। ਚਾਲੇ ਨਾਯੁਨਾ ਉਧਰਲੇ ਪਾਸੇ ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਕਬੱਡੀ, ਕਹਿੰਦੇ ਨੇ ਦੱਖਣ ਨਾਓ ਮਹਿਲ ਕਲਾ ਪਿੰਡ ਆ ਬਰਨਾਲੇ ਜ਼ਿਲ੍ਹੇ ਦੇ ਵਿੱਚ ਜਿੱਥੋਂ ਦਾ ਮਨਪ੍ਰੀਤ ਟਵਾਣਾ, ਔਰ ਉਸੇ ਪਿੰਡ ਦਾ ਆ ਨੌਜਵਾਨ। ਬਰਨਾਲੇ ਤੋਂ ਰਾਏਕੋਟ ਸ਼ਹਿਰ ਨੂੰ ਜਾਈਏ ਤਾਂ 22 ਕਿਲੋਮੀਟਰ ਦੀ ਦੂਰੀ ਤੇ ਮਹਿਲ ਕਲਾ ਪਿੰਡ, ਮਹਿਲ ਕਲਾ ਵਾਲੇ ਨੌਜਵਾਨ ਦੱਖਣ ਨੂੰ ਸਹਿਤੋ ਕਿਆਂ ਵਾਲਾ ਬਲਜੀਤ ਕੈਨੇਡਾ ਦੇ ਵਿੱਚ, ਕੈਨੇਡਾ ਦੇ ਉਟਾਰੀਓ ਸਟੇਟ ਦਾ ਵਸਨੀਕ ਹੈ, ਔਰ ਮੇਰੇ ਜੋ ਵਿਸ਼ੇਸ਼ ਤੌਰ ਤੇ ਮੱਲਣ ਵਾਲੇ ਜਿਵੇਂ ਕਹਿੰਦੇ ਨੇ ਮੱਲਣ ਵਾਲਾ ਕਹਿ ਲਈਏ ਜਾਂ ਪੰਜ ਗਰਾਈਆਂ ਵਾਲਾ ਕਹਿ ਲਈਏ, ਬਾਜੇ ਦੇ ਨਾਲ ਭਾਈਆਂ ਵਾਲਾ ਪਿਆਰ ਹੈ ਸਨਾਉਜਨ ਦਾ। ਉਧਰਲੇ ਪਾਸੇ ਸਟਾਰ ਧਾਵੀ ਹੈ ਨਿਊ ਦੀਪ ਕਬੱਡੀ ਕਲੱਬ ਗਿੱਦੜਬਾਹਾ ਦਾ, ਜਸਵਿੰਦਰ ਸਿੰਘ ਕੰਨੂ ਜਗਤ ਸਿੰਘ ਵਾਲਾ ਪਿੰਡ ਸਨਾਉਜਨ ਦਾ, ਕੌਡੀ ਪਾਉਣ ਦੇ ਲਈ ਬਲਵਾਨ ਪੁੱਤ ਹਿੰਦੇ ਦੇ ਨਾਲ ਮੁਕਾਬਲਾ ਜਿਵੇਂ ਕਹਿੰਦੇ ਨੇ ਗੋਲਡੀ ਕਾਲਸਾ ਵਾਲੇ ਦੇ ਨਾਲ ਮੁਕਾਬਲਾ, ਔਰ ਅੰਕ ਧਾਵੀ ਦੇ ਖਾਤੇ। ਔਰ ਇਧਰਲੇ ਪਾਸੇ ਕਾਲਸਾ ਪਿੰਡ ਦਾ ਟਵਿੰਕਲ ਨਾਓ ਸਕਡਾਰੀ ਦਾ, ਟਵਿੰਕਲ ਦੀ ਅਗਲੀ ਕੌਡੀ ਪਵੇਗੀ ਕਲਸੀਆਂ, ਟਵਿੰਕਲ ਨੌਜਵਾਨ ਕਾਲਸਾ ਦੀ ਧਰਤੀ ਦਾ ਟਵਿੰਕਲ। ਲੁਧਿਆਣੇ ਜ਼ਿਲ੍ਹੇ ਦੇ ਕਾਲ
ਖਾਲਸਾ ਪਿੰਡ ਦਾ ਟਵਿੰਕਲ ਕਾਟੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਾਧਾ ਹੋਇਆ। ਉਧਰਲੇ ਪਾਸੇ ਮੋਗੇ ਦੇ ਸਹਿਦੋਗੇ ਪਿੰਡ ਦਾ ਪੰਜ ਗਰਾਈਆਂ ਮਾਲਣ ਦਾ ਪਾਜਾ ਦਗੋਰਵਾਣੀ ਦੀ ਧਰਤੀ ਦਾ ਸੁਖਦੇਵ ਸਿੰਘ ਸੇਵਕ ਸਿੰਘ ਦਗੋਰਵਾਣੀ ਵਾਲਾ ਜਿਵੇਂ ਕਹਿੰਦੇ ਨੇ ਸਤਨਾਮ ਪੁੱਜਿਆ ਹੋਇਆ ਹੈ ਦਾ ਪਰਮ ਪਿਆਰਾ ਮਿੱਤਰ ਹੈ। ਉਧਰਲੇ ਪਾਸੇ ਕੌਡੀ ਦਾ ਮੁਕਾਬਲਾ ਮਹਾ ਇੱਕ ਪਾਸੇ ਦੱਗੋ ਵਾਲਾ ਦੂਜੇ ਪਾਸੇ ਆ ਨੌਜਵਾਨ ਕਾਲਸਾ ਵਾਲਾ ਜਿਵੇਂ ਕਹਿੰਦੇ ਨੇ ਅੰਕ ਆਪਣੀ ਟੀਮ ਦੇ ਖਾਤੇ ਜੋੜਦਾ ਹੋਇਆ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਬਰਨਾਲੇ ਦੇ ਲਈ ਬਲਜੀਤ ਮੂਮਾ ਵਾਲੇ ਦੇ ਲਈ ਮੱਥਾ ਟੇਕ ਕੇ ਕੌਡੀ ਜੀ ਨੇ ਸ਼ੁਰੂ ਕੀਤੀ ਜਿਹਦਾ ਪਿੰਡ ਹੈ ਪੰਜ ਗਰਾਈ ਯਾਰੋ ਖੇਡਦਾ ਕਬੱਡੀ ਦੇ ਤੂਫਾਨ ਮੇਲ ਵਾਂਗ ਜਲੰਧਰ ਸਿੰਘ ਸਿੱਧੂ ਦਾ ਇੱਕ ਰਾਈ ਯਾਰੋ ਖੇਡ ਕੇ ਕਬੱਡੀ ਜਿਹੜਾ ਮੇਲੇ ਲੁੱਟਦਾ ਵਿੱਚ ਹੈ ਮੈਦਾਨ ਦੇ ਪੰਜ ਗਰਾਈ ਦੀ ਧਰਤੀ ਦਾ ਗੋਰਾ ਨਿਊਦੀਪ ਦਾ ਪੁੱਤ ਬਣ ਮੁੱਕਦਾ ਨਿਊਦੀਪ ਦਾ ਪੁੱਤ ਬਣ ਮੁੱਕਦਾ ਅੰਕ ਗੋਰੇ ਦੇ ਖਾਤੇ ਜੁੜ ਜਾਂਦਾ ਹੋਇਆ ਚੱਲ ਨੌਜਵਾਨ ਡਾਲੇ ਪਿੰਡ ਵਾਲਾ ਮਨਪ੍ਰੀਤ ਸਿੰਘ ਇੰਗਲੈਂਡ ਦੇ ਕਹਿੰਦੇ ਨੇ ਸੀਜ਼ਨ ਦੇ ਵਿੱਚ ਨੌਜਵਾਨ ਦੇ ਟਾਪ ਦੇ ਜੱਫੇ ਹੁੰਦੇ ਨੇ ਟੀਮਾਂ ਵਾਲੀ ਦੇ ਕਬੱਡੀ ਕੱਪ ਦੇ ਉੱਤੇ ਲਗਾਤਾਰ ਦੋ ਦਿਨ ਜਿਹੜਾ ਵੈਸੇ ਜਾਪੀ ਡਿਕਲੇਅਰ ਹੋਣ ਵਾਲਾ ਔਰ ਨੱਟੂ ਸਹਿਦੋਕਿਆਂ ਵਾਲਾ ਡਾਲੇ ਵਾਲਾ ਮਨਪ੍ਰੀਤ ਬਾਜਾ ਨੌਜਵਾਨ ਔਰ ਉਧਰਲੇ ਪਾਸੇ ਬਲਜੀਤ ਸਹਿਦੋਕਿਆਂ ਵਾਲਾ ਇਧਰਲੇ ਪਾਸੇ ਨੱਟੂ ਸਹਿਦੋਕਿਆਂ ਦੀ ਧਰਤੀ ਦਾ ਜਿਹਨੇ ਕੋਸ਼ਿਸ਼ ਕੀਤੀ ਦੱਖਣ ਮਹਿਲਕਰਾਂ ਵਾਲੇ ਨੂੰ ਫੜਨ ਦੀ ਪਰ ਪੁਆਇੰਟ ਧਾਵੀ ਦੇ ਹਿੱਸੇ ਅੰਕ ਰੇਡਰ ਦੇ ਖਾਤੇ ਜੁੜਦਾ ਹੋਇਆ ਚੱਲ ਨੌਜਵਾਨ ਹਲਕ ਦੇ ਪਿੰਡ ਹੈ ਬਲਵੰਤ ਧਾਵੀ ਦਾ ਸਤਨਾਮ ਸਿੰਘ ਜਿਵੇਂ ਕਹਿੰਦੇ ਨੇ ਜੇ ਭਗਤ ਸਿੰਘ ਨਾ ਚੜ੍ਹਦਾ ਫਾਸੀ ਨਾ ਦੁਨੀਆਂ ਚੇਤੇ ਕਰਦੀ ਰਾਣੀ ਚਾਸੀ ਕੌਣ ਕਹਿੰਦਾ ਜੇ ਵਿੱਚ ਮੈਦਾਨ ਨਾ ਕਦੇ ਲੜਦੀ ਉਹ ਕੱਚੇ ਘੜੇ ਦੀ ਕਦੇ ਗੱਲ ਨਾ ਹੁੰਦੀ ਜੇ ਸੋਹਣੀ ਚ ਨਾ ਤਰਦੀ ਰਾਂਝੇ ਦਾ ਇਤਿਹਾਸ ਨਾ ਹੁੰਦਾ ਜੇ ਹੀਰ ਇਸ਼ਕ ਨਾ ਕਰਦੀ ਗੁਰਦਾਸ ਮਾਨ ਨੇ ਗਾਉਣਾ ਨਹੀਂ ਸੀ ਜੇ ਕਲਮ ਤਾਕਤ ਨਾ ਫੜਦੀ ਹਰਜੀਤ ਬਰਾੜ ਨੇ ਮਰਨਾ ਨਹੀਂ ਸੀ ਜੇ ਮੌਤ ਹੁੰਦੀ ਉਹਦੇ ਕਰਦੀ ਛਾਤੀ ਵਿੱਚ ਬਲ ਨਾ ਹੋਵੇ ਦੁਨੀਆਂ ਕਦੇ ਨਾ ਚੇਤੇ ਕਰਦੀ ਦੁਨੀਆਂ ਕਦੇ ਨਾ ਚੇਤੇ ਕਰਦੀ ਸਰਦਾਰ ਸੁਰਜੀਤ ਸਿੰਘ ਜੀ ਚੇਅਰਮੈਨ ਸਾਹਿਬ ਗਿਲਜੇ ਵਾਲੇ ਵਾਲੇ ਵਿਸ਼ੇਸ਼ ਤੌਰ ਤੇ ਪੁੱਜੇ ਨੇ ਚੇਅਰਮੈਨ ਮਾਰਕੀਟ ਕਮੇਟੀ ਗਿੱਦੜਬਾਹਾ ਦੇ ਉਹਨਾਂ ਦਾ ਇੱਥੇ ਪੁੱਜਣ ਤੇ ਧੰਨਵਾਦ ਹੈ ਤੋਤਾ ਸਿੰਘ ਸਰਪੰਚ ਦੌਲ ਬਲਜਿੰਦਰ ਸਿੰਘ ਸਰਪੰਚ ਦੌਲੇ ਵਾਲਾ ਸੋ ਉਹਦਾ ਵੀ ਇੱਥੇ ਪੁੱਜਣ ਤੇ ਧੰਨਵਾਦ ਹੈ ਸੋ ਬਹੁਤ ਸਤਿਕਾਰ ਦੇ ਯੋਗ ਸ਼ਖਸੀਅਤਾਂ ਪੁੱਜ ਰਹੀਆਂ ਨੇ ਸਾਰਿਆਂ ਦਾ ਧੰਨਵਾਦ ਹੈ ਇੱਥੇ ਮੈਦਾਨ ਦੇ ਵਿੱਚ ਉਧਰ ਟਿੱਕਾ ਵੀਰ ਦਵਿੰਦਰ ਜ਼ਿੰਦਗੀ ਦੇ ਪਰਮ ਪਿਆਰੇ ਮਿੱਤਰ ਨੇ ਉਸਤਾਦ ਜੀ ਮਾਸਟਰ ਬਲਜਿੰਦਰ ਸਿੰਘ ਜੀ ਕੋਟ ਪਾਈ ਸੋ ਸਾਰੀਆਂ ਸ਼ਖਸੀਅਤਾਂ ਦਾ ਵੱਡਾ ਧੰਨਵਾਦ ਮਾਸਟਰ ਰਣਜੀਤ ਸਿੰਘ ਜੀ ਭਲਾਈਆਂ ਨਾਲ ਔਰ ਇਧਰਲੇ ਪਾਸੇ ਜਸਵੀਰ ਸਿੰਘ ਜੀ ਘੋੜੀਆਂ ਵਾਲਾ ਸਰਪੰਚ ਸੂਰੇ ਵਾਲਾ ਸਾਰੀਆਂ ਸਤਿਕਾਰ ਦੇ ਯੋਗ ਹਸਤੀਆਂ ਦਾ ਵੱਡਾ ਧੰਨਵਾਦ ਹੈ ਕੌਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਗੱਭਰੂ ਇੱਕ ਪਾਸੇ ਨਿਊਦੀਪ ਕਬੱਡੀ ਕਲੱਬ ਦੇ ਵੱਲੋਂ ਦਗੋਰਵਾਣੀ ਦੀ ਧਰਤੀ ਦਾ ਧਰਮਿੰਦਰ ਸਿੰਘ ਦੂਸਰੇ ਪਾਸੇ ਉੱਪਾਵਾਲ ਪਿੰਡ ਹੈ ਕਹਿੰਦੇ ਨੇ ਸੁਖਦੇਵ ਸਿੰਘ ਢੀਂਡਸੇ ਦਾ ਇਹ ਵੀ ਮੁੰਡਾ ਢੀਂਡਸਿਆਂ ਦਾ ਹੈ ਤਾਜ ਢੀਂਡਸਾ ਉੱਪੇਵਾਲ ਦੀ ਧਰਤੀ ਦਾ ਨੌਜਵਾਨ ਜਿਵੇਂ ਕਹਿੰਦੇ ਨੇ ਜਿਸ ਪਿੰਡ ਦਾ ਸੁਖਦੇਵ ਸਿੰਘ ਜਿਸ ਪਿੰਡ ਦਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਉਸੇ ਪਿੰਡ ਦੇ ਤਾਜ ਨੇ ਕੋਸ਼ਿਸ਼ ਕੀਤੀ ਪਰ ਪੁਆਇੰਟ ਧਾਵੀ ਦੇ ਖਾਤੇ ਮਾਨ ਤੇ ਸਤਿਕਾਰ ਦੇ ਯੋਗ ਸਾਡੇ ਬਹੁਤ ਹੀ ਪਿਆਰੀ ਹਸਤੀ ਹੈ ਬੜਾ ਸ਼ਖਸੀਅਤ ਦਾ ਨਾਂ ਮਾਨਯੋਗ ਵਿਧੀ ਸਿੰਘ ਜੀ ਮੀਰੀ ਪੀਰੀ ਯੂਕੇ ਸ਼ਹਿਨਸ਼ਾਹ ਕਬੱਡੀ ਕਲੱਬ ਦੇ ਕਹਿੰਦੇ ਨੇ ਵੀ ਕਰਤਾ ਧਰਤਾ ਵਿਸ਼ੇਸ਼ ਤੌਰ ਤੇ ਪੁੱਜ ਚੁੱਕੇ ਨੇ ਉਹਨਾਂ ਦੇ ਵੀ ਇੱਥੇ ਪੁੱਜਣ ਤੇ ਧੰਨਵਾਦ ਹੈ ਸਤਿਕਾਰ ਦੇ ਯੋਗ ਬਾਪੂ ਜੀ ਵਿਧੀ ਸਿੰਘ ਜੀ ਮੀਰੀ ਪੀਰੀ ਯੂਕੇ ਸ਼ਹਿਨਸ਼ਾਹ ਬਠਿੰਡਾ ਵਾਲੇ ਸੋ ਜਿੱਥੇ ਕਹਿੰਦੇ ਨੇ ਵੀ ਆਹ ਕੌਡੀ ਪਾਉਣ ਦੇ ਲਈ ਨੌਜਵਾਨ ਕੌਡੀ ਪਾਉਂਦਾ ਜਿਵੇਂ ਕਹਿੰਦੇ ਨੇ ਸਨੀ ਨੂੰ ਸਾਡੇ ਢਿੱਲੋਂ ਸਾਹਿਬ ਨੂੰ ਮਾਣ ਹੈ ਪੂਰਾ ਇਸ ਨੌਜਵਾਨ ਦੀ ਕੌਡੀ ਤੇ ਹਰਦੀਪ ਸਿੰਘ ਜੀ ਡਿੰਪੀ ਢਿੱਲੋਂ ਚੇਅਰਮੈਨ ਜ਼ਿਲ੍ਹਾ ਪਲੈਨਿੰਗ ਬੋਰਡ ਮੁਕਤਸਰ ਸਾਹਿਬ ਦੀ ਇੱਕ ਟੀਮ ਹੋਂਦ ਦੇ ਵਿੱਚ ਲੈ ਕੇ ਆਉਂਦੀ ਕਹਿੰਦੇ ਨੇ ਉਧਰਲੇ ਪਾਸੇ ਬੱਲੇ 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 ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਤੋਂ 7.5 ਕਿਲੋਮੀਟਰ ਟੈਂਕ ਰੋਡ ਸਰਸਾ ਵਾਲੀ ਸਾਈਡ ਜਿਹਦਾ ਪਿੰਡ ਫੱਕਰ ਚੰਡਾ ਉਸੇ ਪਿੰਡ ਦੇ ਹਿੰਦੇ ਨੇ ਜੱਫਾ ਲਾ ਕੇ ਅੰਕਾਂ ਦੇ ਵਿੱਚ ਵਾਧੇ ਕਰ ਦਿੱਤੇ ਪੁਆਇੰਟ ਜਾਫੀ ਦਾ ਅਗਲੀ ਕਬੱਡੀ ਫਿਰ ਕਾਲਸਾ ਵਾਲਾ ਨੌਜਵਾਨ ਵੀ ਨੌਜਵਾਨ ਅੰਗਰੇਜ਼ ਵਾਲੀਆ ਹਿੰਦੇ ਦੇ ਲਈ 100 ਰੁਪਏ ਦੇ ਮਾਨ ਸਨਮਾਨ ਨੇ ਬਾਈ ਪਹੁੰਚਦੇ ਕਰਦੇ ਸੋ ਹਿੰਦੇ ਦੇ ਲਈ ਪਹੁੰਚਦੇ ਕਰਦੇ ਔਰ ਉਧਰਲੇ ਪਾਸੇ ਕੌਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਾਧਾ ਹੋਇਆ ਖਿਡਾਰੀ ਸਬਰ ਸਿੰਘ ਤੋਂ ਟੋਲੀ ਨਾ ਤੂੰ ਸ਼ੇਰ ਪੰਜਾਬ ਦੇ ਦੋਤੇ ਦੀ ਧਰਤੀ ਦਾ ਅਮਨਦੀਪ ਸਿੰਘ ਘੋੜਾ ਬਰਾਬਰ ਦੀਆਂ ਭਾਟੀਆਂ ਮੋੜ ਦਿੱਤੀਆਂ ਦਰਸ਼ਕੋ ਮਾਰ ਦਿਓ ਤਾੜੀਆਂ ਕਿ ਦੋਤੇ ਦੀ ਧਰਤੀ ਦਾ ਸੰਦੀਪ ਤੇ ਘੋੜਾ ਦੋ ਸਕੇ ਭਰਾ ਬਈ ਖੇਡਦੇ ਕਬੱਡੀ ਆਉਂਦਾ ਗੋਡੇ ਗੋਡੇ ਚਾ ਬਈ ਖੇਡਦੇ ਕਬੱਡੀ ਆਉਂਦਾ ਗੋਡੇ ਗੋਡੇ ਚਾ ਬਈ ਬਲਜੀਤ ਸਿਆ ਇਧਰਲੇ ਪਾਸੇ ਅੰਗਰੇਜ਼ ਵਾਲੀ ਆਖਣਾ ਤੂੰ 100 ਰੁਪਇਆ ਫੜ ਲੈ ਹਿੰਦੇ ਦੇ ਲਈ ਚੱਲ ਨੌਜਵਾਨਾਂ ਪਾਗਲੀ ਕੌਡੀ ਪੀਟੀ ਖਿੜਕੀਆਂ ਵਾਲੇ ਦੀ ਧਰਤੀ ਦਾ ਅੰਮ੍ਰਿਤਪਾਲ ਸਿੰਘ ਨਿਊਦੀਪ ਕਬੱਡੀ ਕਲੱਬ ਗਿੱਦੜਬਾਹਾ ਦਾ ਧਾਵੀ ਕੌਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ 1-2-3 ਅਮਰਜੀਤ ਸਿੰਘ ਅੰਬੀ ਫੱਕਰ ਚੰਡੇ ਵਾਲਾ ਤੇ ਉਹਦਾ ਗੋਲਡੀ ਕਾਲਸਾ ਵਾਲਾ ਦੋਨਾਂ ਦਾ ਮੁਕਾਬਲਾ ਪਰ ਅੰਕ ਰੇਡਰ ਦਾ ਚੱਲ ਨੌਜਵਾਨਾਂ ਉਧਰਲੇ ਪਾਸੇ ਦੱਖਣ ਫਿਰ ਬੈਲ ਕਲਾਂ ਦੀ ਧਰਤੀ ਦਾ ਕੌਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਾਧਾ ਹੋਇਆ ਬਈ ਵਾਹ ਸਬਰ ਸਿੱਧਕ ਤੋਂ ਡੋਲੀ ਨਾ ਤੂੰ ਪੁੱਤ ਪੰਜਾਬ ਦਿਆ
ਘਰ ਘਰ ਪਹੁੰਚੇ ਮਾਹੇ ਕੋ ਤੇਰੀ ਫੁੱਲ ਗੁਲਾਬ ਦਿਆ ਮੱਥੇ ਮਿੱਟੀ ਚੁੱਕ ਲਾਉਣਗੇ ਤੇਰੇ ਨਾਹਾਂ ਦੀ ਪੁੱਤ ਬਹਾਦਰ ਕੁੱਖ ਸਫਲ ਕਰ ਜਾਂਦੇ ਨੇ ਮਾਵਾਂ ਦੀ ਪੁੱਤ ਬਹਾਦਰ ਕੁੱਖ ਸਫਲ ਕਰ ਜਾਂਦੇ ਨੇ ਮਾਵਾਂ ਦੀ ਬਾਬਾ ਫਰੀਦ ਕਬੱਡੀ ਕਲੱਬ ਫਰੀਦਕੋਟ ਤੇ ਮਾਧੋਪੁਰ ਫਤਿਹਗੜ੍ਹ ਸਾਹਿਬ ਇਹ ਟੀਮਾਂ ਜਿਹੜੀਆਂ ਜਲਦੀ ਦੇ ਨਾਲ ਪੁੱਜ ਜਾਣ ਬਾਬਾ ਫਰੀਦ ਕਬੱਡੀ ਕਲੱਬ ਫਰੀਦਕੋਟ ਤੇ ਮਾਧੋਪੁਰ ਕਬੱਡੀ ਕਲੱਬ ਫਤਿਹਗੜ੍ਹ ਸਾਹਿਬ ਇਹ ਟੀਮਾਂ ਜਿਹੜੀਆਂ ਜਲਦੀ ਦੇ ਨਾਲ ਪੁੱਜ ਜਾਣ ਸੋ ਚੱਲ ਵੀ ਜਵਾਨ ਇੱਕ ਪਾਸੇ ਕਹਿੰਦੇ ਨੇ ਵੀ ਇਹਦਾ ਅਲਕੜੇ ਪਿੰਡ ਹੈ ਔਰ ਆਲਾ ਵੀ ਬਲਜੀਤ ਜੀ ਹਿੰਦੇ ਦੇ ਲਈ 100 ਰੁਪਏ ਦੇ ਮਾਨ ਸਨਮਾਨ ਨੇ ਚੱਲ ਰਹੀ ਉਹਨਾਂ ਬਾਗਲੀ ਕਬੱਡੀ ਉਧਰਲੇ ਪਾਸੇ ਫਿਰ ਮਨਜੀਤ ਸਿੰਘ ਫਿੱਡੂ ਕੌਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਾਧਾ ਹੋਇਆ ਕੌਡੀ ਪਾਉਣ ਦੇ ਲਈ ਮਨਜੀਤ ਸਿੰਘ ਫਿੱਡੂ ਜੀ ਨੇ O2 ਓਰੀਨਾ ਲੰਡਨ ਦੇ ਵਿੱਚ ਜਾ ਕੇ ਵੀ ਜਿਹਦੇ ਪੰਜਾਬ ਥੰਡਰ ਦੇ ਲਈ ਕਬੱਡੀ ਦੇ ਖੇਤਰ ਦੇ ਵਿੱਚ ਵੱਡੀਆਂ ਮਾਲਾਂ ਮਾਰੀਆਂ ਮਨਜੀਤ ਸਿੰਘ ਕਬੱਡੀ ਪਾਉਣ ਦੇ ਲਈ ਝਨੀਰ ਦੀ ਧਰਤੀ ਮਾਨਸਾ ਜ਼ਿਲ੍ਹਾ ਹੈ ਸੈਦੋ ਕੇ ਪਿੰਡ ਦਾ ਬਲਜੀਤ ਸਿੰਘ ਮੇਰੇ ਵੀਰੋ ਦੁਨੀਆ ਦਾ ਫਾਨੇਖਾ ਘੋੜੀਆਂ ਰੱਖਣ ਦਾ ਸ਼ੌਕ ਹੈ ਇਸ ਪਰਿਵਾਰ ਨੂੰ ਔਰ ਮੇਰੇ ਵੀਰੋ ਮੱਖਣ ਸੈਦੋ ਬਲਜੀਤ ਸੈਦੋ ਨੀਲਾ ਸੈਦੋ ਨੱਟੂ ਸੈਦੋ ਔਰ ਆਹ ਵੇਖ ਲੈ ਮੇਰੇ ਵੀਰੋ ਬਲਜੀਤ ਸਿੰਘ ਬਈ ਵਾਹ ਦਲੇਰ ਕੌਡੀ ਦਾ ਵਾਰਸ ਤੇ ਦਲੇਰ ਜਾਫੀ ਬੱਬਰ ਸ਼ੇਰ ਵਰਗੀ ਤਾਕਤ ਦੱਸ ਰਹੇ ਹੁੰਦੇ